ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ لال ਗਰਗ ਮੌਜੂਦ ਨੇ ਗੱਲਬਾਤ ਸੀ ਪੰਜਾਬ ਦੀ ਖੁਸ਼ਹਾਲੀ ਉੱਤੇ ਕਰਾਂਗੇ ਕਿ ਰਾਹ ਕਿਹੜਾ ਆ ਜਿਹੜਾ ਪੰਜਾਬ ਦੀ ਖੁਸ਼ਹਾਲੀ ਵੱਲ ਜਾਂਦਾ ਜਦੋਂ ਸਵਾਲ ਇਹ ਹੁੰਦਾ ਹੈ ਕਿ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਨੇ ਜਾਂ ਫਿਰ ਜਾ ਰਹੇ ਨੇ ਪੰਜਾਬ ਦਾ ਸਰਮਾਇਆ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਦੇ ਜ਼ਰੀਏ ਪਾਰਲੇ ਮੁਲਕਾਂ ਦੇ ਵਿੱਚ ਲੱਗ ਜਾਂਦਾ ਦੂਜਾ ਇਹ ਕਿ ਉੱਥੇ ਜ਼ਿਆਦਾ ਖੁੰਦੇ ਨੇ ਉਥੋਂ ਦੀਆਂ ਕਈ ਹਕੀਕਤਾਂ ਸਾਡੇ ਸਾਹਮਣੇ ਨੇ ਇੱਕ ਤਾਂ ਡਾਲਰਾਂ ਦੀ ਖੇਡ ਆ ਦੂਜਾ ਇਹ ਕਿ ਉੱਥੋਂ ਦਾ ਵਾਤਾਵਰਨ ਉੱਥੋਂ ਦੀ ਨਿਆ ਪ੍ਰਣਾਲੀ ਉਹਨਾਂ ਨੂੰ ਇੱਥੇ ਚੰਗੀ ਲੱਗਦੀ ਪਰ ਉਹ ਸਾਰਾ ਕੁਝ ਜੇਕਰ ਪੰਜਾਬ ਦੇ ਵਿੱਚ ਹੋਵੇ ਕਿ ਇਹ ਪਲਾਨ ਰੁੱਕ ਸਕਦਾ ਕਿ ਉਹਨੀਆਂ ਤਨਖਾਹਾਂ ਦੇ ਉੱਤੇ ਉਹਨਾਂ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਜਾ ਸਕਦਾ ਬਹੁਤ ਕੁਝ ਇਹੋ ਜਿਹਾ ਜਿਹਦੇ ਉੱਤੇ ਸਿਆਸਤਦਾਨ ਜਿਹੜੇ ਨੇ ਉਹ ਸ਼ਬਜ਼ ਬਾਗ ਦਿਖਾਉਂਦੇ ਨੇ ਕਿ ਜੇਕਰ ਅਸੀਂ ਆ ਗਏ ਤਾਂ ਅਸੀਂ ਆ ਕੁਝ ਪੈਦਾ ਕਰ ਦੇਾਂਗੇ ਅਸੀਂ ਇੰਡਸਟਰੀ ਦੇ ਨੂੰ ਹੁਲਾਰਾ ਦੇਣ ਦੇ ਲਈ ਆ ਕੁਝ ਲਿਆਵਾਂਗੇ ਇਹ ਸਾਡੇ ਜਿਹੜੇ ਨੇ ਮੈਨੀਫੈਸਟੋ ਦਾ ਹਿੱਸਾ ਹੋਣਗੀਆਂ ਇਹ ਗੱਲਾਂ ਪਰ ਲੋਕਾਂ ਦਾ ਯਕੀਨ ਨਹੀਂ ਵੱਜਦਾ ਲੋਕ ਇਸ ਕਰਕੇ ਯਕੀਨ ਨਹੀਂ ਕਰਦੇ ਕਿਉਂਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਸਾਰੀਆਂ ਨੇ ਸਿਰਫ ਤੇ ਸਿਰਫ ਆਪਣੀ ਸੀਟ ਪੱਕੀ ਕੀਤੀ ਆ ਆਪਣੀ ਸਰਕਾਰ ਨੂੰ ਬਚਾਇਆ ਆਪਣੇ ਆਪ ਨੂੰ ਬਚਾਇਆ ਪਰ ਪੰਜਾਬ ਨੂੰ ਜਾਂ ਕਹਿ ਲਓ ਕਿ ਦੇਸ਼ ਨੂੰ ਬਚਾਉਣ ਦੇ ਲਈ ਕਿਸੇ ਨੇ ਵੀ ਉਸ ਪੱਧਰ ਤੇ ਨਹੀਂ ਕੰਮ ਕੀਤਾ ਹਾਂ ਕੁਝ ਕਹਿ ਸਕਦੇ ਆ ਲੀਡਰ ਇਹੋ ਜਿਹੇ ਰਹੇ ਜਿਨ੍ਹਾਂ ਨੇ ਕੰਮ ਕੀਤਾ ਤੇ ਉਹਨਾਂ ਨੂੰ ਦੁਨੀਆ ਯਾਦ ਵੀ ਰੱਖਦੀ ਆ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਡੈਟਸ ਆ ਮੇ ਸਵਾਲ ਬੜਾ ਹੈ ਮੈਂ ਸਾਰਿਆਂ ਦੇ ਮਨਾਂ ਵਿੱਚ ਹੈ ਮੈਂ ਸ਼ੁਰੂਆਤ ਦੁਆਰਾ ਇਸੇ ਤੋਂ ਕਰਦਾ ਕਿ ਪੰਜਾਬ ਦੀ ਖੁਸ਼ਹਾਲੀ ਦਾ ਰਾਹ ਕਿੱਧਰ ਨੂੰ ਜਾਂਦਾ ਦੇਖੋ ਵੱਡੀ ਗੱਲ ਇਹ ਹੈ ਵੀ ਇਹ ਕੋਈ ਇੱਕ ਰਸਤਾ ਨਹੀਂ ਤੇ ਨਾ ਹੀ ਉਹ ਇੱਕ ਕੋਈ ਵਿਭਾਗਾਂ ਦਾ ਇੱਕ ਗੱਲ ਨੂੰ ਸੁਧਾਰ ਦਾ ਮਾਮਲਾ ਹੈ ਇਹ ਪੂਰੀ ਪੂਰੀ ਤਾਣੀ ਉਲਗੀ ਹੋਈ ਹੈ ਇਹ ਤਾਣੀ ਨੂੰ ਸੁਧਾਰ ਦਾ ਰਸਤਾ ਹੈਗਾ ਐਨੀ ਵੀ ਹੈ ਨਹੀਂ ਔਰ ਬੜਾ ਅੱਛਾ ਰਸਤਾ ਹੈਗਾ ਮੈਂ ਕਾਫੀ ਦਿਨ ਪਹਿਲਾਂ ਇੱਕ ਸਰਕਾਰ ਨੂੰ ਸੁਝੇਸ਼ਨ ਦਿੱਤੀ ਸੀ ਦਿੱਕੇ ਵੇ ਤੁਸੀਂ 10-10 ਪਿੰਡਾਂ ਦਾ ਤੁਸੀਂ ਕੋਈ ਗਰੁੱਪ ਬਣਾਓ। ਉਹਨਾਂ 10 ਪਿੰਡਾਂ ਦੇ ਵਿੱਚ ਤੁਸੀਂ ਇੱਕ ਖਾਸ ਕਿਸਮ ਦੀਆਂ ਸਹੂਲਤਾਂ ਜਿਵੇਂ ਵੀ ਜੇ ਸੀਨੀਅਰ ਸਕੰਡਰੀ ਸਕੂਲ ਖੋਲ੍ਹਦੇ ਐ ਤਾਂ ਉਹ 10ਾਂ ਦੇ ਵਿਚਾਲੇ ਵਸਮ-ਵਸਮ ਲਾ ਦਿਓ ਤੇ ਇੱਕ ਸਕੂਲ ਵਧੀਆ ਬਣਾ ਦਿਓ ਉੱਥੇ। ਬਿਲਕੁਲ ਇਦਾਂ ਹੀ 20-25-30 ਪਿੰਡਾਂ ਤੇ ਜਾਂ ਇੱਕ ਤਹਿਸੀਲ 'ਚ ਇੱਕ ਕਾਲਜ ਵਧੀਆ ਬਣਾ ਦਿਓ। ਇੱਕ ਤਹਿਸੀਲ 'ਚ ਦੋ ਬਣਾ ਦਿਓ, بڑا ਕਿੱਕ ਬਣਾ ਦਿਓ, ਡੂਟ ਤੋਂ ਕਾਲਜ ਸਾਰਾ ਬਣਾਉਣਾ ਪਿਆਰ। ਇਸੇ ਤਰ੍ਹਾਂ ਹੀ ਤੁਸੀਂ ਹਸਪਤਾਲ 10ਾਂ ਪਿੰਡਾਂ ਦੇ ਵਾਸਤੇ ਇੱਕ ਚੰਗਾ ਹਸਪਤਾਲ ਬਣਾ ਦਿਓ। ਉੱਥੇ ਲੋਕ ਆ ਜਾਣਗੇ ਉੱਥੇ ਸਾਰਾ ਕੁਝ ਹੋ ਜਾਊਗਾ ਇਸੇ ਤਰ੍ਹਾਂ ਤੁਸੀਂ ਉਹਨਾਂ ਦਸਾਂ ਪਿੰਡਾਂ ਦੇ ਵਿੱਚ ਹੀ ਜਿਹੜਾ ਖੇਡੂ ਉਦਯੋਗ ਹੈ ਜਿਹੜੇ ਛੋਟੇ-ਛੋਟੇ ਘੱਟ ਪੈਸੇ ਨਾਲ ਤੇ ਜ਼ਿਆਦਾ ਰੁਜ਼ਗਾਰ ਦੇ ਨਾਲ ਤੇ ਐਨਵਾਇਰਨਮੈਂਟ ਖਰਾਬ ਨਾ ਕਰਨ ਉਹ ਜੋਗਲਾ ਦੋ ਉਹਦੇ ਤੇ ਰੁਜ਼ਗਾਰ ਵੀ ਜ਼ਿਆਦਾ ਮਿਲੂ ਉੱਥੇ ਲੋਕਲੀ ਜਾਣ ਹੋਣ ਚ ਉਹਨਾਂ ਨੂੰ ਲੋਕਲ ਮਾਰਕੀਟ ਡਿਵੈਲਪ ਕਰਦੋ ਲੋਕਲ ਉੱਥੇ ਮੰਨੀਆਂ ਡਵਲ ਕਰਦੋ ਇਹ ਇੱਕ ਮਾਡਲ ਐਸਾ ਹੈ ਜਿਹੜਾ ਮਾਡਲ ਥੋੜੀ ਇੱਕ ਤਾਂ 베ਸਟ ਜਿਹੜਾ ਤੁਸੀਂ ਪੈਸਾ ਖਰਾਬ ਕਰ ਰਹੇ ਹੋ ਉਹ ਜਾਂਦਾ ਉਹ ਵੇਸਟ ਨਹੀਂ ਜਾਂਦਾ ਦੂਜਾ ਕੰਮ ਕਰਨ ਵਾਲੇ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਪੈਂਦਾ ਹੈ ਤੇ ਲੋਕਾਂ ਨੂੰ ਉਹ ਜਵਾਬ ਦੇ ਵੀ ਹੁੰਦਾ ਹੈ ਕਿ ਚੀਜ਼ਾਂ ਉਹਦਾ ਕੰਮ ਚੋਂ ਮਨੋ ਚਾਟ ਨਹੀਂ ਹੁੰਦਾ ਫਿਰ ਬਿੱਲਟ ਜਾ ਨਹੀਂ ਬੰਦਦਾ ਉਹ ਨੂੰ ਕੰਮ ਕਰਨਾ ਹੀ ਪੈਂਦਾ ਕੰਮ ਕਰੇ ਨਾਲ ਹੀ ਕਿਰਤ ਜਿਹੜੀ ਹੈ ਨਾ ਉਹ ਬੰਦੇ ਨੂੰ ਚੰਗਾ ਬਣਾਦੀ ਹੈ ਜਿਹਨੂੰ ਕਿਰਤ ਨਹੀਂ ਹੈ ਜਿਨੇ ਅੱਜ ਠੱਗੀ ਚੋਰੀ ਨੁਟ ਕਰਦੇ ਨੇ ਉਹ ਕਿਰਤ ਨਹੀਂ ਕਰ ਰਹੇ ਉਹ ਕਾਗਜ਼ਾਂ ਤੇ ਦਸਤਕਤ ਕਰਨ ਵਾਲੇ ਨੇ ਜਿਹੜਾ ਕਿਰਤ ਕਰਨ ਵਾਲਾ ਉਹ ਅੱਜ ਵੀ ਉਸ ਤਰ੍ਹਾਂ ਦੀ ਠੱਗੀ ਚੋਰੀ ਚ ਨਹੀਂ ਵਸਿਆ ਹੋਇਆ ਉਹ ਟਾਈਮ ਦਾ ਵੀ ਜ਼ਿਆਦਾ ਪਵੰਦ ਹੈ ਉਹ ਔਖੇ ਸੌਖੇ ਦੁੱਖ ਚ ਵੀ ਜਾਂਦਾ ਸੋ ਇਸ ਕਰਕੇ ਪੰਜਾਬ ਦਾ ਵਿਕਾਸ ਜੇ ਅਸੀਂ ਆਖੇ ਅਸੀਂ ਸਿੱਖਿਆ ਸੁਧਾਰ ਲਾਂਗੇ ਅਸੀਂ ਜੀ ਖੇਤ ਨੂੰ ਵੱਖਰਾਸੇ ਕਰ ਲਾਂਗੇ ਅਸੀਂ ਪ੍ਰਿਆਵਰਨ ਸੁਧਾਰ ਲਾਂਗੇ ਅਸੀਂ ਲੋਕਾਂ ਨੂੰ ਰੁਜ਼ਗਾਰ ਦੇ ਦਾਂਗੇ ਅਸੀਂ ਇੱਥੇ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ ਅਸੀਂ ਇੱਥੋਂ ਦਾ ਪਾਣੀ ਸੁਧਾਰ ਲਾਂਗੇ ਅਸੀਂ ਇੱਥੋਂ ਦੀ ਇੰਡਸਟਰੀ ਸੁਧਾਰ ਦਾਂਗੇ ਇਹ ਮੈਨੂੰ ਪ੍ਰਸ਼ਾਸਨ ਠੀਕ ਕਰ ਦਾਂਗੇ ਇਹ ਮੈਨੂੰ ਨਹੀਂ ਕਿਸੇ ਵੀ ਤਰ੍ਹਾਂ ਮੈਨੂੰ ਅਪੀਲ ਨਹੀਂ ਕਰਦਾ ਕਿਉਂਕਿ ਸਾਰੀ ਤਾਨੀ ਤਾਂ ਜੁੜੀ ਹੋਈ ਹੈ ਤੁਸੀਂ ਇੱਕ ਤੰਦ ਫੜੋਗੇ ਦੂਜੀ ਤੰਦ ਫਸ ਫਸ ਜੂਗੀ ਸੋ ਤੁਹਾਨੂੰ ਸੋਚਣਾ ਪਵੇ ਇਹਨੂੰ ਸਾਰੇ ਨੂੰ ਕਿਵੇਂ ਫਿਰ ਦੂਜੀ ਗੱਲ ਇਹ ਤਾਣੀ ਚ ਇੱਕ ਹੋਰ ਨਵਾਂ ਅਜਾ ਆਇਆ ਹੋਇਆ ਜਿਹੜਾ ਦੇਖਣ ਦੀ ਲੋੜ ਹੈ ਕਹਿਣਾ ਬੜਾ ਸੌਖਾ ਹੈ ਵੀ ਆਹ ਵੀ ਕਰ ਦੋ ਆਹ ਵੀ ਕਰ ਦੋ ਐ ਵੀ ਕਰ ਦੋ ਉਹਦੇ ਵਿੱਚ ਸਾਨੂੰ ਇੱਕ ਸੰਤੁਲਨ ਜਿਹਨੂੰ ਕਹਿੰਦੇ ਆ ਕਿਉਂਕਿ ਹੁਣ ਇੱਕ ਹਕੀਕਤ ਹੈ ਕਿ ਅਸੀਂ ਬਹੁਤ ਕੁਝ ਪ੍ਰਾਈਵੇਟਾਈਜ਼ ਕਰ ਚੁੱਕੇ ਜੇ ਤਾਂ ਨਾ ਆਇਆ ਹੋਇਆ ਹੁੰਦਾ ਫਿਰ ਤਾਂ ਹੋਰ ਗਲਤ ਸੀ ਜਿਹੜਾ ਟੋਆ ਪੱਟ ਲਿਆ ਹੁਣ ਇਹ ਤਾਂ ਹੈ ਨਹੀਂ ਵੀ ਇੱਕ ਲਖਤੀ ਟੋਏ ਚ ਪਾਣੀ ਨਾ ਨਹੀਂ ਬੰਦ ਕਰ ਦਾਂਗੇ ਫਿਰ ਤਾਂ ਕੰਮ ਚੱਲਣਾ ਨਹੀਂ ਚਾਹੇ ਉਹ ਟਰਾਂਸਪੋਰਟ ਹੈ ਚਾਹੇ ਉਹ ਸਕੂਲ ਨੇ ਚਾਹੇ ਉਹ ਸਿੱਖਿਆ ਹੈ ਚਾਹੇ ਉਹ ਹੁਣ ਤੱਕ ਠੀਕੇ ਦੀਆਂ ਨੌਕਰੀਆਂ ਵੀ ਕਿਸਮ ਦੀ ਪ੍ਰਾਈਵੇਟਾਈਜ਼ ਆਪੇ ਕੰਮ ਹੋ ਗਿਆ ਹੈਂ ਜੀ ਚਾਹੇ ਆਊਟਸੋਰਸਿੰਗ ਹੈ ਇਹ ਸਾਰਾ ਕੁਝ ਅਸੀਂ ਕਰ ਬੈਠਿਆ ਇਹ ਦਾ ਹੁਣ ਸਰਕਾਰੀ ਜਿਹੜਾ ਸਿਸਟਮ ਹੈ ਉਹਦੇ ਵਿੱਚ ਉਹਨੂੰ ਕਿਵੇਂ ਸਮੋਣਾ ਹੈ ਕਿਵੇਂ ਉਹਨੂੰ ਲਿਹਾਉਣਾ ਹੈ ਤਾਂ ਕਿ ਕੰਮ ਵੀ ਠੀਕ ਚੱਲੇ ਇੱਕਦਮ ਕੰਮ ਰੁਕ ਵੀ ਨਾ ਜਾਵੇ ਤੇ ਉਹ ਡੁੱਟੀ ਜਿਹੜੀ ਹੋ ਰਹੀ ਹੈ ਉਹਦੇ ਰਾਹੀਂ ਜਾਂ ਠੱਗੀ ਚੋਰੀ ਜੋ ਵੀ ਸਰਕਾਰੀ ਜਿਹੜੀ ਹੋ ਰਹੀ ਉਹ ਵੀ ਬੰਦ ਹੋਵੇ ਤੇ ਪ੍ਰਾਈਵੇਟ ਦੀ ਵੀ ਬੰਦ ਹੋਵੇ ਉਹਦੇ ਉੱਤੇ ਕੋਈ ਰੈਗੂਲੇਸ਼ਨ ਹੋਵੇ ਇਹ ਹੁਣ ਪੂਰੀ ਬਿਨਾਂ ਸੋਚੀ ਸਮਝੀ ਉਸ ਤਰ੍ਹਾਂ ਹੋ ਨਹੀਂ ਸਕਦਾ ਇਹ ਤਾਂ ਹੈ ਨਹੀਂ ਸਕਦਾ ਵੀ ਤੁਸੀਂ ਫੜਾਫੜੀ ਕਰ ਦੋ ਚੰਗਾ ਜੀ ਸੀ ਆ ਸਾਲ ਜਿਹੜੇ ਨਿੱਕੇ ਨਿੱਕੇ ਚੰਚੰਦ ਨੇ ਅਸੀਂ ਕਰਤੇ ਬੰਦ ਐਦਾਂ ਤਾਂ ਕੰਮ ਨਹੀਂ ਚੱਲਣਾ ਤੁਸੀਂ ਇਹ ਨਹੀਂ ਕਰ ਸਕਦੇ ਸਾਰੇ ਆਟੋ ਬੰਦ ਕਰੇ ਸੀ ਸਾਰੀਆਂ ਬੱਸਾਂ ਬੰਦ ਕਰੀਆਂ ਤੁਹਾਨੂੰ ਆ ਜਿਹੜਾ ਸੈਲਫ ਹੈਗਾ ਅਮਪਲॉयਮੈਂਟ ਸਵੈ ਰੁਜ਼ਗਾਰ ਦਾ ਜਿਹੜੇ ਸਾਧਨ ਨੇ ਉਹ ਸਮਾਂ ਸਹੂਲਤਾਂ ਵਾਲੇ ਬਣਾਉਣੇ ਪੈਣਗੇ ਕੋਈ ਵੰਡ ਸਕਦੇ ਨੇ ਕੋਈ ਔਖਾ ਕੰਮ ਨਹੀਂ ਟਰਾਂਸਪੋਰਟ ਦੇ ਵਿੱਚ ਇੰਨਾ ਕੰਮ ਦਿੱਤਾ ਜਾ ਸਕਦਾ ਹੈ ਇਹ ਲੋਕਾਂ ਨੂੰ ਤੇ ਦੁਕਾਨਾਂ ਨੂੰ ਸੁਹਤ ਕਿਉਂ ਕੁਝ ਬਹੁਤ سارے ਪਿੰਡ ਨੇ ਜਿੱਥੇ ਬਸ ਦੋ ਦੋ ਘੰਟੇ ਨਹੀਂ ਆਂਦੀ ਜਾਣਾ ਆਉਣਾ ਔਖਾ ਹੋਇਆ ਹੋਇਆ ਤੁਸੀਂ ਉਹਦੇ ਵਿੱਚ ਇਦਾਂ ਦਾ ਬਸਾਂ ਦਾ ਸਿਸਟਮ ਬਣਾ ਦਿਓ ਛੋਟੀਆਂ ਮਿੰਨੀ ਬਸਾਂ ਵੀ ਤੁਹਾਨੂੰ ਪਰਮਿਟ ਦਾ ਕੋਈ ਪੈਸਾ ਨਹੀਂ ਲੈਣਾ ਇੰਨੇ ਰੁਪਏ ਤੋਂ ਤੂੰ ਮਹੀਨੇ ਚ ਲਿਆ ਕਰਾਂਗੇ ਤੇ ਉਦੋਂ ਵੱਧ ਤੁਹਾਨੂੰ ਦੇ ਦਾਂਗੇ ਵੱਧ ਕਿਵੇਂ ਦੇ ਦਾਂਗੇ ਅਸੀਂ ਕਾਲਜ ਬਣਾਤਾ ਸੈਂਟਰ ਤੇ ਕਿ 20 ਪਿੰਨਾਂ ਦਾ ਅਸੀਂ ਕਹਾਂਗੇ ਤੂੰ ਉੱਥੇ ਛੱਡ ਕੇ ਆਇਆ ਕਰੇਂਗਾ ਬੱਚਿਆਂ ਨੂੰ ਤੇ ਤੈਨੂੰ ਇੰਨੇ ਪੈਸੇ ਦਿਆ ਕਰਾਂਗੇ ਅਸੀਂ ਬਸ ਤਾਂ ਇਹ ਦੋ ਗੇੜੇ ਲਾਉਣੇ ਨੇ ਜਾਣ ਆਉਣ ਦੇ ਬਾਕੀ ਤੂੰ ਆਪਦਾ ਚਲਾਈ ਜਾ ਉੱਥੇ ਲੋਕਾਂ ਨੂੰ ਸਵਾਰੀਆਂ ਵੀ ਮਿਲ ਗਈਆਂ ਇਸੇ ਤਰ੍ਹਾਂ ਹੀ ਸਕੂਲ ਦੇ ਨੇੜੇ ਛੱਡਣਾ ਉੱਥੇ ਕਿੰਨੀਆਂ ਹੀ ਲੋਕਾਂ ਨੂੰ ਮਿਲ ਗਿਆ ਇਸ ਤਰ੍ਹਾਂ ਆਟੋ ਨੂੰ ਰੈਗੂਲੇਟ ਕਰੇ ਕਰਕੇ ਕੈਲਕੂਲੇਟ ਨਿਕਲਦਾ ਕਿੰਨਾ ਹੈ ਤੁਸੀਂ ਮੰਡੀਆਂ ਨੂੰ ਰੈਗੂਲੇਟ ਕਰ ਦੋ ਰੈਗੂਲੇਟ ਕਰਨ ਦੇ ਨਾਲ ਬਹੁਤ ਸਾਰਾ ਜਿਹੜਾ ਤੁਹਾਡਾ ਇਦਾਂ ਹੀ ਮੰਡੀਆਂ ਦੇ ਸੁਧਾਰਦਾ ਹੈ ਪਰ ਸਬਜੀ ਮੰਡੀ ਕਿਸੇ ਜਾਰੋ ਗੋੰਡੋ ਕਰ ਹੰਦਾਰਦਾਰੇ ਉਹਦਾ ਤਾਂ ਤਰੀਕਾ ਹੈਗਾ ਉਹ ਸਾਫ਼ ਹੁੰਦਾ ਸਭ ਕੁਝ ਸੋ ਇਹ ਤਾਂ ਪਰਿਆਵਰਣ ਦੀਆਂ ਤੇ ਰੁਜ਼ਗਾਰ ਦੀਆਂ ਇਦਾਂ ਲੀਆਂ ਗੱਲਾਂ ਹੋ ਗਈਆਂ ਫਿਰ ਜਦ ਨੌਜਵਾਨ ਅਸੀਂ ਕਹਿੰਦੇ ਭੱਜ ਰਿਹਾ ਬਾਹਰ ਹੁਣ ਅਸੀਂ ਇਹ ਤਾਂ ਕਹਿ ਨਹੀਂ ਸਕਦੇ ਕਿ ਤਪੜੀ ਤੇ ਬੈਠ ਕੇ ਭਾਈ ਆਪਣੀ ਦੁਕਾਨ ਖੋਲ ਲੈ ਤੇ ਉਹ ਇਸ ਤਰ੍ਹਾਂ ਛੱਡੀ ਜਾ ਤੁਸੀਂ ਮੈਨੂੰ ਇਹ ਦੱਸੋ ਆ ਤੁਸੀਂ ਲੋਕ ਚੈਨਲ ਚਲਾ ਰਹੇ ਹੋਗੇ ਤੁਸੀਂ ਕਿਹੜੇ 5 ਸਟਾਰ ਹੋਟਲ ਵਰਗੇ ਉਹ ਬਣਾਏ ਹੋਏ ਨੇ ਤੁਹਾਡੇ ਚੱਲ ਰਹੇ ਨੇ ਨਾ ਚੈਨਲ ਦੋਗੇ ਨਾਮ ਦੇਖ ਰਹੇ ਨੇ ਨਾ ਪਰ ਜੇ ਤੁਹਾਨੂੰ ਕਹਿਣਾ ਵੀ ਇਹ ਸੜਕ ਤੇ ਖੜ ਕੇ ਕੀ ਕਰਨ ਕਰ ਜਾ ਇੰਟਰਵਿਊ ਲੋ ਜੀ ਤੁਸੀਂ ਕੋਈ ਨਾ ਕੋਈ ਛੋਟਾ ਮੋਟਾ ਕਮਰਾ ਆਪਦੇ ਘਰ ਹੀ ਬਣਾ ਲੈਣਾ ਥੋੜਾ ਜਿਹਾ ਉਸ ਨਾਲ ਚਾ ਕਿਉਂਕਿ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਜਿਹਦੇ ਤੁਹਾਨੂੰ ਥੋੜੀ ਜਿਹੀ ਇਨਵੈਸਟਮੈਂਟ ਨਾਲ ਤੁਸੀਂ ਕੋਈ ਕੰਮ ਕਰ ਸਕਦੇ ਹੋ ਪਰ ਤੁਹਾਡੀ ਆਪਦੀ ਅੱਖ ਵੀ ਰਹਿਣੀ ਹੈ ਤੁਹਾਡੇ ਕੋਲ ਵੇਲ ਵੀ ਰਹਿਣੀ ਹੈ ਸਾਡੇ ਕੋਲ ਹੀ ਅੱਛਾ ਉਹਦੇ ਵਿੱਚ ਮੈਂ ਇੱਕ ਦੂਜਾ ਰੁਜ਼ਗਾਰ ਦਾ ਜਿਹੜਾ ਦੱਸਿਆ ਸੀ ਉਨ ਵਿਦਾਸ ਇਹਨਾ ਮੈਂ ਬੜੀ ਇੱਜ਼ਤ ਦੇ ਵਰਕਰਿਆ ਹੋਇਆ। ਵੀ ਸਾਡਾ ਨੌਜਵਾਨ ਕਿਉਂ ਪਾਦਿਰਾਂ ਨੂੰ ਰੋਟੀ ਨਹੀਂ ਮਿਲਦੀ? ਉਹਨੂੰ ਠੇਕੇ ਚ ਢਾ ਕੇ ਰੱਖਦੇ ਨੇ। ਉਹਨੂੰ ਆਜ਼ਾਦੀ ਕੋਈ ਨਹੀਂ, ਉਹਦੀ ਅਣਖ ਕੋਈ ਨਹੀਂ। ਵੱਡੀ ਤਾਂ ਅਣਖ ਦਾ ਬਹੁਤ ਵੱਡਾ ਗੱਲ ਹੁੰਦਾ। ਜੇ ਜੀਵੇ ਪਤ ਨੱਥੀ ਜਾਏ, ਸਭ ਹਰਾਮ ਜੀਤਾ ਕੇ ਚਖਾਈ। ਉਹ ਬਾਹਰ ਪੈਂਦਾ। ਬਾਹਰ ਦੀ ਸਭ ਜਵਾਬ ਕੀ ਨੇ? ਉੱਥੋਂ ਦਾ ਜਦ ਡਾਲਰ ਇੱਥੇ ਆਉਂਦਾ ਹੈ। 75 ਰੁਪਏ ਦਾ ਦਿਖਦਾ ਹੈ। ਉਦੋਂ ਤਾਂ ਉਹਨੂੰ ਲੱਗਦਾ ਇਹ ਪੈਸੇ ਨੇ। ਉੱਥੇ ਡਾਲਰ ਉਹ 1 ਰੁਪਏ ਵਰਗਾ ਹੀ ਆ ਜਹਾ ਜਾਉ ਰਿਹਾ। ਦੂਜੀ ਗੱਲ ਕੀ ਆ? ਉੱਥੇ ਕੰਮ ਕਿੰਨੇ ਘੰਟੇ ਕਰਨਾ ਪੈਂਦਾ ਉਹ ਵੀ ਜਾ ਕੇ ਦੇਖ ਲੈਣਾ ਤੀਜੀ ਗੱਲ ਹੋਰ ਇਹ ਜਿਹੜੇ ਸਾਰੇ ਮੁਲਾਜ਼ਮ ਨੇ ਨਾ ਕਲਾਸਪੁਰਾ ਨੇ ਵੀ ਕਹਾ ਨੌਕਰ ਘਰਾਂ ਤੇ ਰੱਖੇ ਹੋਏ ਨੇ ਸਫਾਈ ਸੁਥੀ ਵਾਸਤੇ ਉੱਥੇ ਜਿਹੜਾ ਮੈਂ ਫਰੇਜ਼ਨ ਹੋ ਰਿਹਾ ਜਿਹੜੇ ਉਹ ਡਾਕਟਰ ਸਾਹਿਬ ਸੀ ਉਹ ਕਾਰਡੀਓਲੋਜਿਸਟ ਨੇ ਉਹਨਾਂ ਦੀ ਘਰ ਵਾਲੀ ਸੈਕਟਿਸਟ ਬੜਾ ਤਕੜਾ ਉਹਨਾਂ ਦਾ ਉਹ ਹੈ ਜਗਾੜ ਉਹਦੇ ਵਿੱਚ ਵੀ ਰੋਟੀ ਆਪਦੀ ਆਪੀ ਲਾਉਂਦੇ ਸੀ ਰੋਟੀ ਰੋਣ ਵਾਲਾ ਕੋਈ ਨਹੀਂ ਸੀ ਨੌਕਰ ਉਹ ਸਿਰਫ ਇੱਕ ਲੜਕੀ ਰੱਖੀ ਹੋਈ ਸੀ ਜਿਹੜੀ ਮਾੜੀ ਮੁੱਟੀ ਸਫਾਈ ਝਾੜ ਪੂੰਝਣ ਕਰਕੇ ਜਾਂਦੀ ਸੀ ਇੱਕ ਮਸ਼ੀਨ ਚੋਂ ਕੱਪੜੇ ਸੁਕਣੇ ਸੁੱਕੇ ਤਾਂ ਉੱਥੇ ਮਸ਼ੀਨ ਦੇ ਰਹੀ ਹੁੰਦੇ ਨੇ ਚਾਹ ਕਰ ਜਾਂਦੀ ਸੀ ਐਨੇ ਕੰਮ ਵਾਸਤੇ ਔਰ ਉਹਦੇ ਬਹੁਤ ਸਾਰੇ ਡਾਲਰ ਸੀਗੇ ਕਿਉਂਕਿ ਮਹਿੰਗਾ ਬਣਾ ਇਹਦੇ باوجود ਹਾਲਾਂਕਿ ਕੋਈ ਮਾੜੀ ਵੀ ਸੀ ਹੋਰ ਵੀ ਸੀ ਪਰ ਰੋਟੀਆਂ ਵੀ ਆਪ ਲਾਉਣੀਆਂ ਬਰਤਨ ਵੀ ਆਪ ਸਾਫ਼ ਕਰਨੇ ਆਟਾ ਵੀ ਆਪੇ ਗੁੰਨਣਾ ਇਹ ਜਿਹੜੇ ਡਾਕਟਰ ਨੂੰ ਨਦੀ ਘਰ ਦੱਸਣਾ ਜਿਹੜੇ 12 ਮਾਰੇ ਘੰਟੇ ਆਪਦੇ ਕਲੀਨਿਕ ਚ ਵੀ 10 10 ਘੰਟੇ ਤੇ ਇੱਥੇ ਹਰੇਕ ਨੇ ਘਰੇ ਨੌਕਰੀ ਰੱਖੇ ਹੋਏ ਨੇ ਵੀ ਰੋਟੀ ਵੀ ਨਹੀਂ ਲਾਉਣੀ ਆਟਾ ਵੀ ਨਹੀਂ ਕੋਈ ਨਾ ਫਲਾਣਾ ਨਹੀਂ ਕਿਉਂਕਿ ਅਸੀਂ ਕੀ ਕਰਤਾ ਇੱਕ ਪਾਸੇ ਅਸੀਂ ਪੈਸੇ ਬਹੁਤ ਦੇਣ ਲੱਗੇ ਦੂਜੇ ਪਾਸੇ ਜਮੇ ਸੁਕਾਤਾ ਹੁਣ ਜੇ ਤੁਸੀਂ ਇੱਕ ਜਗ੍ਹਾ ਦੇ ਉੱਤੇ ਨੱਕਾ ਵੱਡਾ ਛੱਡ ਦੋ ਤੇ ਦੂਜੇ ਫੇ ਟੇਲ ਵਾਲੇ ਤਾਂ ਸੁੱਕੀ ਜਾਣਗੇ ਇਹ ਉਹਦਾ ਨਤੀਜਾ ਕੀ ਨਿਕਲਿਆ ਵੀ ਜਿਹੜੇ ਤਾਂ ਸਰਕਾਰੀ ਨੌਕਰੀ 'ਚ ਆ ਗਏ ਉਹ ਤਾਂ ਆਇਸ਼ ਕਰ ਰਹੇ ਨੇ ਕਿ ਜਿਹੜੇ ਵੱਡੇ ਬਿਜ਼ਨਸ 'ਚ ਆ ਗਏ ਉਹ ਆਇਸ਼ ਕਰ ਰਹੇ ਨੇ ਤੇ ਦੂਜੇ ਸਾਰੇ ਜਿਹੜੇ ਛੋਟੇ ਬਿਜ਼ਨਸ 'ਚ ਨੇ ਜਾਂ ਹੋਰ ਕੋਈ ਧੰਦੇ ਕਰਦੇ ਨੇ ਜਾਂ ਖੇਤੀ ਵਗੈਰਾ ਉਹ ਸਾਰੇ ਬੋਤੇ ਥੱਲੇ ਨੇ ਇਹ ਨਹੀਂ ਵੀ ਸਾਰੇ ਮਾਰੇ ਗਏ ਪਰ ਹੈਗੇ ਉਹ ਥੱਲੇ ਉਹਨੂੰ ਜਦ ਅਸੀਂ ਰੈਗੂਲੇਟ ਕਰਨਾ ਹੈ ਤਾਂ ਰੈਗੂਲੇਟ ਤੁਸੀਂ ਇੱਕ ਚੀਜ਼ ਨੂੰ ਨਹੀਂ ਕਰ ਸਕਦੇ ਤੁਸੀਂ ਕਹੋ ਮੈਂ ਜਲੰਧਰ ਨੂੰ ਠੀਕ ਕਰ ਦੂੰਗਾ ਜੀ ਜਾਂ ਆਪਾਂ ਸ਼ਹਿਰਾਂ ਦੇ ਵਾਈ ਦੇ ਜਾਂ ਮੈਂ ਪਿੰਡਾਂ ਨੂੰ ਠੀਕ ਕਰ ਦੂੰਗਾ ਜੀ ਜਾਂ ਮੈਂ ਥੋੜਾ ਪਿੰਡ ਤੇ ਸ਼ਹਿਰ ਜੁੜਿਆ ਹੋਇਆ ਥੋੜਾ ਵੱਡਾ ਸ਼ਹਿਰ ਹੈ ਜਿਹੜਾ ਜਿੱਡਾ ਵੱਡਾ ਹੈ ਉਹਦਾ ਉਸ ਤਰੀਕੇ ਨਾਲ ਜੁੜਿਆ ਹੈ ਜਿਹੜਾ ਉਦੋਂ ਛੋਟਾ ਉਸ ਤਰੀਕੇ ਨਾਲ ਜੁੜਿਆ ਸਾਨੂੰ ਉਹ ਗ੍ਰੇਡੇਟ ਜਿਹਨੂੰ ਆਪਾਂ ਕਹਿੰਦੇ ਆਪਾਂ ਇੱਕ ਲਖਤ ਪੌੜੀ ਚੜਨੀ ਹੋਵੇ ਤੇ ਥੋੜਾ ਵੀ 10 ਨੂੰ ਇੱਕ ਲਖਤ ਛਾਲ ਮਾਰ ਦਾਂਗੇ ਵਿਚਾਲੇ ਡੰਡੇ ਚਾਹੀ ਸੋ ਪੰਜਾਬ ਨੂੰ ਜਿਹੜੀ ਲੋੜ ਆ ਉਹ ਇਹ ਦੇਖਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ 12 13000 ਪਿੰਡਾਂ ਕਰੀਬ ਇਹਨਾਂ ਹਜ਼ਾਰ ਪਿੰਡਾਂ ਦਾ ਉਹਨਾਂ 'ਚ ਬਹੁਤ ਵੱਡੇ ਵੱਡੇ 15-15 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਵੀ ਨੇ ਉਹਨਾਂ 'ਚ 200 ਦੀ ਆਬਾਦੀ ਵਾਲਾ ਵੀ ਪਿੰਡ ਨੇ ਨਾ ਉਹਦਾ ਪਿੰਡ ਹੀ ਆ ਇੱਕ ਪਿੰਡ 15000 ਦੀ ਆਬਾਦੀ ਵਾਲਾ ਇੱਕ 200 ਦੀ ਆਬਾਦੀ ਵਾਲਾ ਉੱਥੇ ਤੁਸੀਂ ਹਰ ਇੱਕ ਮੈਨੂੰ ਸਕੂਲ ਦੇਣਾ ਜੀ 200 'ਚ ਵੀ ਸਕੂਲ 15000 'ਚ ਵੀ ਸਕੂਲ ਮਾਲਵੇ ਦੇ ਵਿੱਚ ਪੜਾਈ ਪਿੱਛੇ ਰਹਿਣ ਦਾ ਵੱਡਾ ਕਾਰਨ ਇਹ ਹੈ ਫਾਰਮੂਲਾ ਬਣਾਤਾ ਪਿੰਡ ਚ ਸਕੂਲ ਚਾਹੀਦਾ ਜੀ ਪਿੰਡ ਚ ਇੱਕ ਸਕੂਲ ਖੋਲਤਾ ਮਾਲਵੇ ਦੇ ਪਿੰਨਾਂ ਚ 10-10000 ਜੀ ਵਾਦੀ ਉੱਥੇ ਵੀ ਇੱਕ ਸਕੂਲ ਆ ਹੁਸ਼ਾਰਪੁਰ ਨਵਾਂ ਸ਼ਹਿਰ ਚ 2-200 ਬੱਚਾ ਇਹ ਘਰ ਆਬਾਦੀ ਵਾਲਾ ਉੱਥੇ ਵੀ ਇੱਕ ਸਕੂਲ ਉੱਥੇ ਟੀਚਰ ਵਧੂ ਹੋਗੇ ਉੱਥੇ ਟੀਚਰ ਇਕੱਠ ਹੋਗੇ ਹਨ ਫਰਕ ਪਤਾ ਰਹੀ ਸੋ ਫਰਕ ਕਿੱਥੇ ਹੈ ਤੁਸੀਂ ਜਦ ਫਾਰਮੂਲਾ ਬਿਨਾ ਸੋਚੇ ਸਮਝੇ ਬਣਾਉਨੇ ਹੋ ਉਹੀ ਆ ਕਰ ਦਿਓ ਜੀ ਅੱਗੇ ਮੈਂ ਹੁਣ ਇਹਨਾਂ ਨੇ ਟੈਕਸ ਮਾਫ ਕਰ ਰਸੀ ਹਰੇਕ ਦੇ ਵੀ ਜਿਹਨੇ ਬਿਜਲੀ ਭਰਿਆ ਉਹਦੇ ਮਾਫ ਕਰਤੇ ਭਾਈ ਜਿਹਨੇ 2-2 ਲੱਖ ਦਾ ਬਿਲ ਜਾਣ ਕੇ ਨਹੀਂ ਭਰਿਆ ਬਦਮਾਸ਼ੀ ਚ ਉਹਦਾ ਮਾਫੀ ਕਿਉਂ ਕਰਦੇ ਹੋ ਤੁਸੀਂ ਹੁਣ ਤਾਂ ਸਮਝ ਜਣਵਾਨਾ ਲਾਓ ਪਰ ਜਿਹੜੇ ਬੰਦੇ ਕੋ ਪੈਸੇ ਨਹੀਂ ਸੀਗੇ ਗਰੀਬ ਸੀ ਤੁਸੀਂ ਰੇਟ ਵਧਾ ਰੱਖੇ ਨੇ ਤੇ ਉਹਦਾ ਤੁਸੀਂ ਦੇ ਦੋ ਸੋ ਜਦ ਤੱਕ ਤੁਸੀਂ ਦੂਜਾ ਪਾਸਾ ਇਹ ਆਉਂਦਾ ਹੈ ਕਿ ਪ੍ਰਸ਼ਾਸਨਿਕ ਤੌਰ ਦੇ ਉੱਤੇ ਪੂਰੀ ਯੋਜਨਾਬੰਦੀ ਕਰਕੇ ਲੋੜ ਕਿੱਥੇ ਆਜਿਠੇ ਲੋੜ ਇਹ ਹੈ ਸਾਡੇ ਪਾਸ ਤਿੰਨ ਤਰ੍ਹਾਂ ਦੇ ਰਿਸੋਰਸ ਹੁੰਦੇ ਨੇ ਇੱਕ ਨੂੰ ਅਸੀਂ ਕਹਿੰਦੇ ਆ ਫਾਈਨੈਂਸ਼ੀਅਲ ਰਿਸੋਰਸ ਪੈਸਾ ਵਿੱਤੀ ਰਿਸੋਰਸ ਦੂਜੇ ਸਾਡੇ ਹੈਗੇ ਨੇ ਕੁਦਰਤੀ ਸਰੋਤ ਸਾਡੇ ਕੋਲ ਜ਼ਮੀਨ ਹੈ ਸਾਡੇ ਕੋਲ ਪਾਣੀ ਹੈ ਦਰਿਆ ਨੇ ਸਾਡੇ ਕੋਲ ਜੰਗਲ ਨੇ ਇਹ ਸਾਡੇ ਕੁਦਰਤੀ ਸਰੋਤ ਨੇ ਕਿ ਜੇ ਆਖਾਂ ਨਾ ਹੋ ਰਿਹਾ ਜਿਹੜਾ ਕੁਦਰਤੀ ਸਰੋਤ ਗਿਆ ਫਿਰ ਤੀਜੀ ਸਾਡੇ ਕੋਲ ਹੈਗਾ ਮਨੁੱਖੀ ਸਰੋਤ ਇਹ ਤਿੰਨਾ ਸਰੋਤਾਂ ਦੇ ਨਾਲ ਅਸੀਂ ਤਿੰਨ ਚੀਜ਼ਾਂ ਵਿਕਾਸ ਕਰਨੀਆਂ ਹੁੰਦੀਆਂ ਨੇ ਉਹ ਤਿੰਨ ਚੀਜ਼ਾਂ ਕੀ ਨੇ ਹੁਣ ਉਹਦੇ ਨਾਂ ਹੀ ਜੋ ਅੱਜ ਮਾਪਦੇ ਦਨ ਚੱਲਦੇ ਮੈਂ ਬਾਹਰ ਨਹੀਂ ਜਾ ਰਿਹਾ ਉਥੋਂ ਮੂ ਤਾਂ ਹੋਰ ਵੀ ਬਹੁਤ ਤਰੀਕਾ ਹੈ ਉਹ ਤਿੰਨ ਚੀਜ਼ਾਂ ਇੱਕ ਤਾਂ ਅਸੀਂ ਦਸਤਕਾਰੀ ਅੱਗੇ ਲੱਗੇ ਜਾਣੀਆਂ ਜਿਹਨੂੰ ਇੰਡਸਟਰੀ ਕਹਿੰਦੇ ਨੇ ਕੋ ਉਦਯੋਗ ਕਹਿੰਦਾ ਕੋ ਦਸਤਕਾਰੀ ਆ ਉਹ ਤਰ੍ਹਾਂ-ਤਰ੍ਹਾਂ ਦੀਆਂ ਉਹ ਬਹੁਤ ਵੱਡੀ ਵੀ ਆ ਬਹੁਤ ਛੋਟੀ ਵੀ ਆ ਉਹ ਘਰੇਲੂ ਵੀ ਆ ਘਰੇਲੂ ਗ੍ਰਾਮ ਉਦਯੋਗ ਹੈਂ ਜੀ ਲਘੂ ਉਦਯੋਗ ਤੇ ਮੀਡੀਅਮ ਸਾਈਜ਼ ਲਾਰਜ ਸਕੇਲ ਇਹ ਤਾਂ ਇੰਡਸਟਰੀ ਹੋ ਗਈ ਕਿਤਾ ਦੂਜਾ ਸਾਡਾ ਅਰਥਚਾਰਾ ਚੱਲਦਾ ਖੇਤੀ ਨਾਲ ਵੈਸੇ ਪੰਜਾਬ 'ਚ ਖੇਤੀ ਨੰਬਰ ਇੱਕ ਅਸੀਂ ਗੰਦੇ ਆ ਖੇਤੀ ਨੂੰ ਕਿਵੇਂ ਵਿਕਾਸ ਕਰਨਾ ਵੀ ਖੇਤੀ ਦੇ ਜਿਹੜਾ ਬੰਦਾ ਖੇਤੀ ਕਰਦਾ ਉਹਦੀ ਰੋਟੀ ਰੋਜੀ ਚੱਲੇ ਉਹਦਾ ਆਨੰਖ ਨਾਲ ਜੀਵਨ ਜੀ ਸਕੇ ਉਹ ਥੋੜਾ ਸਿਹਤ ਸੂਲ ਤਾਂ ਹੋਰ ਸਭ ਕੁਝ ਉਹਨੂੰ ਮਿਲਦਾ ਰਹੇ ਤੀਜਾ ਹੈਗੀਆਂ ਸੇਵਾਵਾਂ ਸੇਵਾਵਾਂ ਦੇ ਵਿੱਚ ਉਹ ਹੋਟਰ ਨੇ ਦੁਕਾਨਾਂ ਨੇ ਨੌਕਰੀਆਂ ਨੇ ਇਹ ਸਾਰਾ ਕੁਝ ਹੈਗਾ ਹੁਣ ਅੱਜ ਸਾਡੇ ਹਾਲਤ ਕਿੱਥੇ ਖੜੀ ਹੈ ਗੜਬੜ ਗੜਬੜ ਇਹ ਹੈ ਵੀ ਜਿਹੜੇ ਤਾਂਸੀ ਲਾਉਣਿਆਂ ਪੈਸਾ ਵੱਡੀ ਇੰਡਸਟਰੀ ਚ ਉੱਥੇ ਪੈਸਾ ਬਹੁਤ ਜ਼ਿਆਦਾ ਲਾਉਣਾ ਪੈਂਦਾ ਉੱਥੇ ਜਿਹੜਾ ਹੈਗਾ ਤੁਹਾਨੂੰ ਮਸ਼ੀਨਾਂ ਬੜੀਆਂ ਮਹਿੰਗੀਆਂ ਖਰੀਦੀਆਂ ਪੈਂਦੀਆਂ ਨੇ ਬਿਲਕੁਲ ਤੇ ਉੱਥੇ ਜਗ੍ਹਾ ਬੜੀ ਘੇਰੀ ਜਾਂਦੀ ਐ ਪਰ ਰੁਜ਼ਗਾਰ ਉੱਥੇ ਹੈ ਨਹੀਂ ਫਿਰ ਤੁਹਾਨੂੰ ਫੈਸਲਾ ਕਰਨਾ ਪਊ ਵੀ ਪਰ ਰੁਜ਼ਗਾਰ ਦੇਣਾ ਹੈ ਕਿ ਆਪਾਂ ਮਸ਼ੀਨਾਂ ਵਾਲੀ ਵੱਡੀ ਇੰਡਸਟਰੀ ਲਾਉਣੀ ਐ ਫਿਰ ਇਹ ਵੀ ਫੈਸਲਾ ਕਰਨਾ ਪਊ ਵੀ ਅਸੀਂ ਬਿਲਕੁਲ ਹੀ ਨਹੀਂ ਲਾਉਣੀ ਅਸੀਂ ਜਿਵੇਂ ਪਛੜੇ ਹੋਏ ਕਰੇ ਰਹਿ ਜਾਣਾ ਫਿਰ ਤੁਹਾਨੂੰ ਫੈਸਲਾ ਕਰਨਾ ਪਊ ਜਦ ਐਨੀ ਕ ਵੱਡੀ ਲਾਉ। ਇਸੇ ਤਰ੍ਹਾਂ ਹੀ ਮੀਡੀਅਮ ਸਾਈਜ਼ ਐ ਉਹਨੂੰ ਥੋੜਾ ਘੱਟ ਚਾਹੀਦਾ ਸਭ ਤੋਂ ਜ਼ਿਆਦਾ ਰੁਜ਼ਗਾਰ ਪੰਜਾਬ ਦੇ ਵਿੱਚ ਜਿਹੜਾ ਲਘੂ ਉਦਯੋਗ ਆ ਤੇ ਗ੍ਰਾਮ ਉਦਯੋਗ ਆ ਉਹ ਦੇ ਰਿਹਾ ਹੈ। 21 ਲੱਖ ਬੰਦੇ ਨੂੰ ਜਿਹੜਾ ਰੋਜ਼ਗਾਰ ਮਿਲਿਆ ਹੋਇਆ ਉਹ ਲਘੂ ਉਦਯੋਗ ਤੇ ਗ੍ਰਾਮ ਉਦਯੋਗ ਚ ਮਿਲਿਆ ਹੋਇਆ ਹੈ। ਜਦਕਿ ਜਿਹੜੇ ਮੀਡੀਅਮ ਸਾਈਜ਼ ਇਹ ਕਹਿੰਦੇ ਨੇ ਦਰਮਿਆਨੇ ਤੇ ਵੱਡੇ ਉਦਯੋਗਾਂ ਚ ਸਿਰਫ 4 ਲੱਖ ਮਿਲਿਆ ਹੋਇਆ। ਹਾਂ, ਹੁਣ ਸਵਾਲ ਕਰ ਲਓ। ਅ ਡਾਕਟਰ ਸਾਹਿਬ ਗੱਲ ਹੁੰਦੀ ਹੈ ਜੀ ਸਾਬ ਸਾਹਿਬ ਤੋਂ ਡਿਜੀਟਲ ਲੈਣਾ ਤਾਨੂੰ ਆਨਲਾਈਨ ਜਿਹੜਾ ਉਹ ਕਹਿੰਦੇ ਫੇਸਲੈਸ ਸ਼ਾਇਦ ਗੱਲ ਕਰ ਰਹੇ ਸੀ ਕਿ ਕਿਸੇ ਨੂੰ ਕਿਸੇ ਨੂੰ ਮਿਲਣ ਦੀ ਵੀ ਲੋੜ ਨਹੀਂ ਬਸ ਆਨਲਾਈਨ ਸਾਰਾ ਕੁਝ ਹੋ ਜਾਣਾ ਇਹਦੇ ਵਿੱਚ ਰੋਜ਼ਗਾਰ ਕਿਤੇ ਘਟਦਾ ਤੇ ਦੂਜੀ ਗੱਲ ਇਹ ਕਿ ਸਮੇਂ ਦੇ ਹਾਨ ਦਾ ਰੋਜ਼ਗਾਰ ਜਿਹੜਾ ਰੋਜ਼ਗਾਰ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਡਾਲਰ ਕਮਾ ਕੇ ਉਹਨਾਂ ਨੂੰ ਲੱਗਦਾ ਹੈ ਕਿ ਇੰਨੀ ਕ ਕਮਾਈ ਸਾਡੀ ਹੋਣੀ ਚਾਹੀਦੀ ਆ ਕੀ ਉਹ ਪੰਜਾਬ ਦੇ ਵਿੱਚ ਪੈਦਾ ਕੀਤਾ ਜਾ ਸਕਦਾ ਕਿਸ ਤਰੀਕੇ ਨਾਲ ਪੈਦਾ ਕੀਤਾ ਜਾ ਸਕਦਾ ਟੂਰਿਜ਼ਮ ਦੀ ਗੱਲ ਹੁੰਦੀ ਹੈ ਮੈਨੂੰ ਜੋਤ ਸਿੱਧੂ ਹੋਰ ਅਣ ਸੁਣ ਰਿਹਾ ਸੀਗਾ ਉਹਨਾਂ ਨੇ ਵੀ ਜਲੰਧਰ ਦੇ ਵਿੱਚ ਕਿਹੜਾ ਰੋਜ਼ਗਾਰ ਉਹਨੂੰ ਕਿੱਦਾਂ ਆਪਾਂ ਬढ़ावा ਦੇਣਾ ਉਹਦੀਆਂ ਗੱਲਾਂ ਕਰਦੇ ਨੇ ਡਿਜੀਟਲ ਪੰਜਾਬ ਤੇ ਇਹ ਰੋਜ਼ਗਾਰ ਦੋਨਾਂ ਬਾਰੇ ਦੱਸਿਓ ਕਿ ਕਿੰਨਾ ਕੁ ਫਰਕ ਪੈਣਾ ਡਿਜੀਟਲ ਪੰਜਾਬ ਹੋਣ ਦੇ ਨਾਲ ਰੋਜ਼ਗਾਰ ਦੇ ਤੇ ਗੱਲ ਹੈ ਪੂਰੀ ਦੁਨੀਆ 'ਚ ਮੈਂ ਪਿੱਛੇ ਨਾਟਕ ਲਿਖਨੇ ਤੇ ਡਿਜੀਟਲ ਦੇ ਉੱਤੇ ਤੇ ਪੂਰੀ ਸਟੱਡੀ ਵੀ ਕਿਵੇਂ ਰੋਬੋਟ ਕਿਵੇਂ ਆਣ ਗਏ ਕੀ ਹੋਊਗਾ ਡਿਜੀਟਲ ਜਿਹੜੀ ਵਰਡ ਹੈ ਉਹਦੀ ਇੱਕ ਸੀਮਾ ਹੈ ਜੇ ਅਸੀਂ ਉਸ ਸੀਮਾ ਤੋਂ ਬਾਹਰ ਜਾਵਾਂਗੇ ਤਾਂ ਅਸੀਂ ਅੱਜ ਡਿਜੀਟਲ ਦੇ ਨਾਂ ਤੇ ਕਰਪਸ਼ਨ ਕਰ ਰਹੇ ਹਾਂ ਠੱਗੀ ਮਾਰ ਰਹੇ ਹਾਂ ਡਿਜੀਟਲ ਦੇ ਨਾਂ ਦੇ ਉੱਤੇ ਸੋਹਣੀ ਸੋਹਣੀ ਲੈਪਟਾਪ ਚ ਲੈ ਆ ਕੇ ਦਿਖਾ ਦਿੰਨੇ ਆ ਜਾਂ ਉੱਥੋਂ ਬੈਠੇ ਭੇਜ ਦਿੰਨਾ ਕਿ ਜੀ ਅਸੀਂ ਇਹ ਜਿਆ ਕਰਾਂਗੇ ਕਰਨਾ ਕੁਝ ਨਹੀਂ ਹੁੰਦਾ ਟਟ ਟਟ ਰਾਤ ਨੂੰ ਤੇ ਕੁਝ ਨਹੀਂ ਹੁੰਦਾ ਆ ਡਿਜੀਟਲ ਕਰਿਆ ਹੋਇਆ ਕਿ ਰਜਿਸਟਰੀਆਂ ਸਾਰੀਆਂ ਡਿਜੀਟਲ ਨੇ ਟਾਈਮ ਲਓ ਜੀ ਆਪਦਾ ਪਰ ਪੈਸੇ ਤਾਂ ਫਿਰ ਫਿਰ ਵੀ ਡਾਇ ਰਿਹਾ ਆ ਜਿਹਨੇ ਟਾਲ ਕਲਾਸ ਦੇ ਨੇ ਇਹ ਸਾਰੇ ਡਿਜੀਟਲਾਈਜ਼ ਨੇ ਪਰਚੀ ਕੱਟਦੀ ਹੈ ਪਰ ਉੱਥੇ ਤਾਂ ਪਰਚੀਆਂ 30% ਹੀ ਸਰਕਾਰ ਨੂੰ ਤਾਂ ਦਸਦੀ ਜਾਂਦੀਆਂ ਨੇ ਬੈਂਕਾਂ ਨੇ ਵਿਨ ਕੰਸਰ ਨੇ ਡਿਜੀਟਲਾਈਜ਼ ਨੇ ਤੁਹਾਡਾ ਰਾਤ ਨੂੰ ਵੀ ਆ ਜਾਂਦਾ ਏਨੇ ਵਜ ਕੇ ਏਨੇ ਮਿੰਟਾਂ ਨੇ ਸਕੈਂਟੇ ਪੈਸੇ ਜਮਾ ਹੋਏ ਉੱਥੇ ਠੱਗੀਆਂ ਹੋਈਆਂ ਜਾ ਰਹੀਆਂ ਨੇ ਸੋ ਡਿਜੀਟਲਾਈਜੇਸ਼ਨ ਆਪਣੇ ਆਪ ਚ ਕੋਈ ਮਤਰਾਨੀ ਐ ਇੱਕ ਛੋਟੀ ਜਿਹੀ ਦੇ ਉਦਾਹਰਣ ਦੇ ਕੇ ਗੱਲ ਕਰ ਦਿੰਨਾ ਅ ਅਸੀਂ ਇੱਕ ਵਾਰੀ ਸਰਕਾਰ ਨੂੰ ਮਿਲੇ ਕਿ ਸਾਡਾ ਆਹ ਡੀਪੀਐਫ ਹੁੰਦਾ ਇੱਕ ਸਰਕਾਰ ਕੋਲ ਪੈਸਾ ਜਮਾ ਹੁੰਦਾ ਮਲਾਜਮਾਂ ਦਾ ਅਸੀਂ ਕਹਿੰਦੇ ਤੁਸੀਂ ਇਹ ਸਟੇਟਮੈਂਟ ਹੀ ਨਹੀਂ ਭੇਜਦੇ ਹਰ ਸਾਲ ਉਹਦੀ ਸਟੇਟਮੈਂਟ ਭੇਜਿੰਦੇ ਹੋ ਤੁਹਾਡੇ ਕੋਲ ਕਿੰਨੇ ਪੈਸੇ ਜਮਾ ਹੋਏ ਕਿੰਨੇ ਨੇ ਵਿਆਜ ਕਿੰਨਾ ਲੱਗਿਆ ਜੋ ਵੀ ਐ ਜਾਂ ਤੁਸੀਂ ਕਰਜ਼ਾ ਉਹ ਚੋ ਲਿਆ ਤੇ ਉਜੀ ਗੱਲੀ ਨਾ ਕਰਨ ਤੇ ਡਾਇਰੈਕਟਰ ਕਹਣਗੀ ਅਸੀਂ ਜੀ ਇਹ ਸਾਰਾ ਕੰਪਿਊਟਰ ਕਰਤਾ ਸੈਕਟਰੀ ਕੋਲ ਜਾ ਕੇ ਆ ਗੱਲ ਕਰਨ ਲੱਗੀ ਸਾਡੀ ਪਹਿਲਾਂ ਉਹਨਾਂ ਮੈਂ ਜੀ ਇਹ ਗੱਲ ਤਾਂ ਸੀ ਕਰਨੀ ਨਹੀਂ ਸੀ ਤੁਹਾਡੇ ਨਾਲ ਇਹ ਤਾਂ ਤੁਹਾਡੇ ਦਫਤਰ ਚ ਕਰਨੀ ਸੀ ਤੁਸੀਂ ਉਹਦੇ ਕਰਨ ਲੱਗੇ ਸੈਕਟਰੀ ਕਹਿੰਦਾ ਠੀਕ ਚੋ ਗਿਆ ਇਹਨਾਂ ਨੇ ਕੋਈ ਕੰਮ ਕਰੇ ਮੈਂ ਚਲੋ ਠੀਕ ਆ ਜੀ ਕਹਿੰਦੇ ਅਸੀਂ ਇੰਨੀਆਂ ਸਟੇਟਮੈਂਟਾਂ ਜਾਰੀ ਕਰਤੀਆਂ ਬੜੇ ਖੁਸ਼ ਸਾਰੇ ਸੁਣ ਕੇ ਮਿਖਾ ਕਿ ਰੀਕਨਸਾਈਲ ਕਰਕੇ ਕਿੰਨੀਆਂ ਕਰੀਆਂ ਨੇ ਵੀ ਠੀਕ ਐ ਤੁਸੀਂ ਕਾਗਜ਼ੇ ਕੱਢ ਕੇ ਪੇਸ਼ਤਾ ਖੁਦੋਂ ਤੇ ਗਲਤ ਲਿਖਿਆ ਉਹ ਤਾਂ ਉਦੋਂ ਵੀ ਜ਼ਿਆਦਾ ਪੰਗਾ ਪੈ ਗਿਆ ਕਿਉਂਕਿ ਥੱਲੇ ਲਿਖਿਆ ਵੀ ਜੇ ਤੁਹਾਡੀ ਗਲਤ ਆ ਫਿਰ ਅਰਜੀ ਦਿਓ ਇਹਦਾ ਮਤਲਬ ਪਹਿਲਾਂ ਤਾਂ ਚਲੋ ਕਿਸੇ ਨੂੰ ਪਤਾ ਨਹੀਂ ਸੀ ਉਹਨਾਂ ਅਰਜੀਆਂ ਦੇਣੀਆਂ ਜ਼ਰੂਰੀ ਨੇ ਨਹੀਂ ਤੁਹਾਡਾ ਬਾਪੂ ਕੋਈ ਤੁਹਾਡੀ ਧਾਰਗੀ ਨਹੀਂ ਆਈ ਅਜੇ ਤੁਹਾਨੂੰ ਭੇਜਤੀ ਸੀ ਉਹੀ ਠੀਕ ਹੈ ਤੁਸੀਂ ਤਾਂ ਸਮਾਂ ਗਲਤ ਐਂਟਰ ਕਰਕੇ ਪੰਗਾ ਪਾਤਾ ਜਿਹੜੀ ਇਹ ਗੱਲ ਜਿਹੜੀ ਹੈ ਡਿਜੀਟਲਾਈਜੇਸ਼ਨ ਹਿਊਮਨ ਫ੍ਰੈਂਡਲੀ ਲੋੜਨਸਾਰ ਲੋੜਨਸਾਰ ਡਿਜੀਟਲਾਈਜੇਸ਼ਨ ਕਿੰਨਾ ਦੀ ਲੋੜ ਹੈ ਡਿਜੀਟਲਾਈਜੇਸ਼ਨ ਪਹਿਲੀ ਗੱਲ ਸਾਰਿਆਂ ਦੀ ਲੋੜ ਨਹੀਂ ਨਵੀਂ ਯੂਥ ਦੀ ਲੋੜ ਹੈ ਹਰੇਕ ਬੰਦਾ ਨਹੀਂ ਕਰ ਸਕਦਾ ਦੂਜੀ ਗੱਲ ਉਹਦੀ ਇੱਕ ਲਿਮਿਟੇਸ਼ਨ ਹੈ ਉਹਦੀ ਸੀਮਾ ਕੀ ਹੈ ਮੈਂ ਦੱਸਦਾ ਜਿਹੜੀ ਡਿਜੀਟਲਾਈਜੇਸ਼ਨ ਦੀ ਗੱਲ ਕਰਦੇ ਨੇ ਜਿਹੜਾ ਇੱਥੇ ਟਾਪ ਦੇ ਸਕੂਲ ਨੇ ਚੰਡੀਗੜ੍ਹ ਚ ਉਹਨਾਂ ਕੋਲ ਜਿਹੜੇ ਬੱਚੇ ਆਨਲਾਈਨ ਪੜ੍ਹਦੇ ਨੇ ਉਹ ਆਨਲਾਈਨ ਬੱਚਿਆਂ ਦੇ ਜਿਨ੍ਹਾਂ ਦੇ ਘਰਾਂ ਚ ਚਾਰ ਚਾਰ ਲੈਪਟਾਪ ਨੇ ਇੱਕ ਇੱਕ ਬੱਚਾ ਤੇ ਦੇਖਣ ਵਾਲੇ ਨੇ ਉਹਨਾਂ ਦੀ ਕਲਾਸ ਮਿਸ ਹੋ ਜਾਂਦੀ ਹੈ ਕਦੇ ਲਿੰਕ ਨਹੀਂ ਹੁੰਦਾ ਕਦੇ ਕੁਝ ਨਹੀਂ ਹੁੰਦਾ ਜਿਹ ਚੰਡੀਗੜ੍ਹ ਚ ਜਿਹੜੇ ਦੋ ਬੰਦੇ ਬੱਚੇ ਜੀ ਉੱਤੇ ਲੱਗੇ ਹੋਏ ਨੇ ਡੇਢੇ ਹੋ ਕੇ ਜਿਨ੍ਹਾਂ ਦੇ ਕੋਲ ਪੈਸੇ ਦਾ ਕੋਈ ਅੰਤ ਹੀ ਨਹੀਂ ਹੈ ਜੋ ਉਸ ਬੱਚੇ ਦੀ ਕਲਾਸ ਠੀਕ ਨਹੀਂ ਲੱਗ ਸਕਦੀ ਤੇ ਤੁਸੀਂ ਕਿਵੇਂ ਸੋਚ ਸਕਦੇ ਹੋ ਪਿੰਡ ਦੇ ਵਿੱਚ ਲੱਗੂਗੀ ਨਾ ਤਾਂ ਟੀਚਰ ਦਾ ਇੰਟਰਸਟ ਕੋਈ ਉੱਤੇ ਪੜਾਉਂਦਾ ਨਾ ਉੱਥੇ ਬੱਚੇ ਦਾ ਨਾ ਬੱਚੇ ਦੇ ਘਰ ਦਾ ਉਹ ਮਾਹੌਲ ਇਹ ਡਿਜੀਟਲ ਆ ਜੇ ਹੁਣ ਤੱਕ ਡਿਜੀਟਲ ਸੰਕਰਦੋ ਜੀ ਇਹ ਫਾਰਮੂਲਾ ਪ੍ਰੈਕਟਿਸ ਨਹੀਂ ਹੁੰਦੀ ਹੁੰਦੀ ਹੁਣ ਮੈਂ ਇਹਦੇ ਵਿੱਚ ਫੇਰ ਉਦਾਹਰਣ ਦਿੰਦਾ ਇੱਕ ਛੋਟੀ ਜਿਹੀ ਕਿਉਂ ਦਿੰਨਾ ਇਹ ਮੈਂ ਤਾਂ ਨੂੰ ਨਾ ਮੈਨੂੰ ਸਮਝਣਾ ਪਏਗਾ ਅਸੀਂ ਜਿਹੜਾ ਕੁਝ ਜਿੱਥੇ ਜਿਹੋ ਜਿਹਾ ਹੋਵੇ ਉਹਨੂੰ ਚੰਗਾ ਬਣਾਉਣਾ ਹੁੰਦਾ ਹੈ ਨਿਸ਼ਾਨਾ ਉੱਚਾ ਰੱਖਣਾ ਹੁੰਦਾ ਹੈ ਪਰ ਜਿਹੜਾ ਕੁਝ ਉੱਥੇ ਉਪਲਬਧ ਉਹਦੇ ਨਾਲ ਆਪਾਂ ਬੈਸਟ ਕੀ ਕਰ ਸਕਦੇ ਆ ਇਹ ਦੇਖਣਾ ਹੁੰਦਾ। ਇਹ ਕੀ ਕਰਦੇ ਨੇ ਜਿਹੜਾ ਕੁਝ ਹੈਗਾ ਉਹਦੇ ਨਾਲ ਕਰਦੇ ਨਹੀਂ। ਹੋਰ ਹੀ ਕੁਝ ਆ ਵੀ ਲਾ ਦੋ, ਆ ਵੀ ਲਾ ਦੋ ਪੇਕੇ ਉੱਥੇ ਦਬਿਆਂ ਚ ਪਿਆ ਰਹਿੰਦਾ। ਇਹੀ ਹਸਪਤਾਲਾਂ ਦਾ ਹਾਲ ਹੈ, ਇਹੀ ਸਕੂਲਾਂ ਦਾ ਹਾਲ ਹੈ ਕਿਉਂਕਿ ਕੰਮ ਤਾਂ ਕਰਨਾ ਨਹੀਂ। ਮਸ਼ੀਨਾਂ ਮੰਗਾ ਲਓ, ਬਿਠਾ ਲਓ, ਬਿਲਡਿੰਗਾਂ। ਆ ਤੁਹਾਡੇ ਰਜਿੰਦਰ ਹਸਤਾਲ 'ਚ ਕੁੱਤੀਆਂ ਜਿਹਾ ਬਣਾਤੀਆਂ। ਇੰਨਾ ਸੋਹਣਾ ਹਸਤਾਲ ਸੀ ਜਮੈਂ ਜੜ ਵੜਦੀ ਉਹਦੀ ਬਿਲਡਿੰਗਾਂ ਬਣਾ ਬਣਾ ਕੇ ਕਿਉਂਕਿ ਬਿਲਡਿੰਗਾਂ 'ਤੇ ਪੈਸਾ ਬਣਦਾ। ਪੈਸਾ ਬਣਾਈ ਗਏ। ਸੰਦੂਰ ਦਾ ਹਸਪਤਾਲ ਜਾ ਕੇ ਦੇ ਤੁਸੀਂ ਜਿਹੜੇ ਹਸਪਤਾਲ ਚ ਜਾਣਾ ਜਾਓ ਜਿਹੜੇ ਹਵਾਦਾਰ ਸਾਫ਼ ਹਸਪਤਾਲ ਸੀਗੇ ਉਹ ਸਾਰੇ ਪਠਾ ਪਠਾ ਇਹ ਹੈ ਇਹੀ ਜੀ ਟੈਕਨੋਲੋਜੀ ਉਦੋਂ ਵੀ ਇਹ ਰੌਲਾ ਸੀ ਵੀ ਟੈਕਨੋਲੋਜੀ 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 ਆਪਣੇ ਆਪ ਚ ਕੋਈ ਚੀਜ਼ ਨਹੀਂ ਸੋ ਡਿਜੀਟਲਾਈਜੇਸ਼ਨ ਕੌਣ ਮੰਗਦਾ ਅੱਜ ਦਾ ਯੂਜ਼ ਚਾਹੁੰਦਾ ਵੀ ਡਿਜੀਟਲਾਈਜੇਸ਼ਨ ਮੈਨੂੰ ਮੈਸੇਜ ਮਿਲਦੀ ਪਰ ਉਹਨੂੰ ਇਨ ਪਰਸਨ ਨਹੀਂ ਬੰਨ ਦੇਣਾ ਉਹਦੇ ਵਾਸਤੇ ਵੀ ਇਹੋ ਜਿਹਾ ਤਰੀਕਾ ਰੱਖਣਾ ਹੈ ਵੀ ਉਹ ਕਦੇ ਬੈਠੇ ਮਹਿਫਲਾਂ ਚ ਵੀ ਉਹ ਕਦੇ ਗੱਲਬਾਤ ਵੀ ਕਰੇ ਉਹ ਘਰ ਦੇ ਵਿੱਚ ਵੀ ਘੰਟਾ ਇਹ ਜਾ ਕੱਢ ਸਕੀ ਵੀ ਚਲ ਆਪ ਸਾਰੇ ਬੈਠ ਕੇ ਗੱਲ ਕਰੀਏ ਜਿੱਦੋਂ ਕੱਲਾ ਡਿਜੀਟ ਹੈ ਉਹਦਾ ਸੁਈਸਾਈਡ ਵੱਧ ਜਾਣਗੇ ਕਿਉਂਕਿ ਉਹ ਤਾਂ ਮਸ਼ੀਨ ਨਾਲ ਜੁੜਿਆ ਹੋਇਆ ਹੈ ਬੰਦਾ ਤਾਂ ਰਹਿ ਹੀ ਨਹੀਂ ਉਹ ਸੋ ਡਿਜੀਟਾਈਜੇਸ਼ਨ ਨੂੰ ਇੱਕ ਤਾਂ ਅਸੀਂ ਮੈਨਪਾਵਰ ਸਾਡੀ ਬਾਹਰ ਨਾ ਜਾਵੇ ਜਿਹੜੀ ਡਿਜੀਟਾਈਜੇਸ਼ਨ ਸਾਡੀ ਮੈਨਪਾਵਰ ਨੂੰ ਜ਼ੀਰੋ ਬਣਾਉਂਦੀ ਹੈ ਤੇ ਕੁਝ ਬੰਦਿਆਂ ਕੋਲ ਪੈਸਾ ਇਕੱਠਾ ਕਰਦੀ ਹੈ ਮੈਂ ਉਹਦੇ ਖਿਲਾਫ ਹਾਂ ਮਹਾਤਮਾ ਗਾਂਧੀ ਨੇ ਕਿਹਾ ਸੀ ਵੀ ਮੈਨੂੰ ਫੋਰਨ ਟੈਕਨੋਲੋਜੀ ਤੇ ਇਤਰਾਜ਼ ਕੋਈ ਨਹੀਂ ਪਰ ਜਿਹੜੀ ਫੋਰਨ ਟੈਕਨੋਲੋਜੀ ਮੇਰੇ ਦੇਸ਼ ਦੇ ਲੋਕਾਂ ਦਾ ਰੁਜ਼ਗਾਰ ਖੋਹੇਗੀ ਉਹ ਨਹੀਂ ਮੈਂ ਲੈਣ ਦੇਣੀ। ਇਹੀ ਮੇਰਾ ਵੀ ਡਿਜੀਟਲਾਈਜ ਕਰੋ ਟੀਚਰਸ ਵੀ ਕਿਉਂ ਨਹੀਂ? ਤੁਸੀਂ ਹਸਪਤਾਲ ਦੀਆਂ ਰਿਪੋਰਟਾਂ ਦੇਣੀਆਂ ਨੇ। ਤੁਸੀਂ ਡਿਜੀਟਲਾਈਜਨ ਕਰਕੇ ਰਿਪੋਰਟਾਂ ਤੁਹਾਡੀਆਂ ਠੀਕ ਛੇਤੀ ਪਹੁੰਚ ਜਾਣ। ਜਿਹੜੀ ਚੀਜ਼ ਤੁਸੀਂ ਜਿੱਥੇ ਕਰਾਪਸ਼ਨ ਹੋ ਰਹੀ ਹੈ, ਕਰਾਪਸ਼ਨ ਦੂਰ ਕਰਨ ਵਾਸਤੇ ਤੁਸੀਂ ਡਿਜੀਟਲਾਈਜੇਸ਼ਨ ਕਰ ਦੋ। ਤੁਸੀਂ ਹਰੇਕ ਨੂੰ ਕਹੋ ਵੀ ਫਾਰਮ ਆਉਣਾ ਹੀ ਨਹੀਂ ਪਰਨਾ ਪਊਗਾ। ਵਿਚਾਰਾ ਜਾਂਦਾ ਹੈ, ਸ਼ਹਿਰ ਜਾਂਦਾ ਹੈ, ਔਖਾ ਹੁੰਦਾ। ਤੁਸੀਂ ਤਾਂ ਔਖਾ ਕ੍ਰੀਏਟ ਕਰਤੀ ਉਹਨੂੰ। ਸੁਵਰਤਾ ਜੇ ਸਾਡੇ ਇਹਨੂੰ ਅਸੀਂ ਕਹਿੰਨਾ ਹਾਈਬ੍ਰਿਡ ਟੈਕਨੋਲੋਜੀ ਹਾਈਬ੍ਰਿਡ ਟੈਕਨੋਲੋਜੀ ਦਾ ਸਾਡਾ ਕੀ ਹੈ ਅਸੀਂ ਕਹਿੰਨਾ ਲੋ ਭਾਈ ਤੁਹਾਨੂੰ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਤੇ ਤੁਸੀਂ ਆਪਣਾ ਫਾਰਮ ਵਿਖ ਕੇ ਵੀ ਭਰ ਸਕਦੇ ਹੋ ਥੋੜੀ ਚੁਆਇਸ ਹੈ ਜਿਹੜੀ ਤੁਹਾਨੂੰ ਸੁਵਿਧਾ ਉਹ ਕਰ ਲਓ ਕੋਈ ਏਰੀਆ ਨਹੀਂ ਵੰਡਣਾ ਕੁਝ ਨਹੀਂ ਕਹਿਣਾ ਜਿਹਨੂੰ ਜਿਹੜੀ ਸੁਵਿਧਾ ਉਹ ਕਰਦੇ ਇਹ ਮੇਰਾ ਕੰਮ ਆ ਐਜ਼ ਅਡਮਿਨਿਸਟਰेटर ਕਿ ਜਿਹਨੇ ਪੈਨ ਨਾਲ ਭਰਤਾ ਮੈਂ ਉਹਦਾ ਫਾਰਮ ਵੀ ਦੇਖ ਸਕਾਂ ਉਹਨੂੰ ਵੀ ਕੋਈ ਨੁਕਸਾਨ ਨਾ ਹੋਵੇ ਜਿਹੜਾ ਆਨਲਾਈਨ ਭਰਨਾ ਚਾਹੁੰਦਾ ਉਹਨੂੰ ਵੀ ਨਾ ਹੋਵੇ ਹੁਣ ਕੀ ਹੈ ਡਾਟਾ ਖੋਲਣ ਲੱਗੋ ਤੁਸੀਂ ਅੱਜ ਕੱ ਅਜੇ ਪਹਿਨਾ ਪਹਿਨਾ ਡਾਟਾ ਠੀਕ ਪਾਇਆ ਸੀ ਉਹ ਖੁੱਲਦਾ ਹੀ ਨਹੀਂ ਫਿਰ ਉਹ ਕਦੇ ਕੁਝ ਮੰਗ ਲੈਂਦਾ ਕਦੇ ਕੁਝ ਮੰਗ ਲੈਣਾ ਮਾਡਰਨ ਯੂਟਾ ਜੇ ਵੀ ਉਹ ਖੋਲ ਦਿੰਦੀ ਹੈ ਜਿਹੜੇ ਸਾਡੇ ਵਰਗੇ ਮਾੜਾ ਮੋਟਾ ਕੰਪਿਊਟਰ ਸਿੱਖੇ ਨੇ ਉਹਨਾਂ ਨੂੰ ਖੁੱਲਣਾ ਹੀ ਔਖਾ ਹੋ ਜਾਂਦਾ ਸੋ ਇਸ ਕਰਕੇ ਤੁਸੀਂ ਹਿਊਮਨ ਫ੍ਰੈਂਡਲੀ ਇਹ ਵੀ ਟੈਕਨੋਲੋਜੀ ਡਿਜੀਟਲ ਟੈਕਨੋਲੋਜੀ ਟੈਕਨੋਲੋਜੀ ਹੈ ਇਹ 4ਥ ਇੰਡਸਟਰੀ ਰੈਵਲੂਸ਼ਨ ਹੈ 3ਰ ਰੈਵਲੂਸ਼ਨ ਸੀ ਜਦ ਟੈਕਨੋਲੋਜੀ ਨਹੀਂ ਆਟੋਮੈਟਿਕ ਮਸ਼ੀਨਾਂ ਆਈਆਂ ਸੀ ਹੁਣ ਬੁੱਧੀਮਾਨ ਮਸ਼ੀਨਾਂ ਆ ਰਹੀਆਂ ਨੇ ਆ ਜਿਹੜਾ ਆਪਣਾ ਲੈਪਟਾਪ ਹੈ ਆ ਤਾਂ ਬੁੱਧੀਮਾਨ ਹੈ ਆਪਣਾ ਜਿਹੜਾ ਮੋਬਾਈਲ ਹੈ ਬੁੱਧੀਮਾਨ ਹੈ ਆ ਪਈ ਇੱਕ ਦਾ ਵੀ ਨਾ ਆਪੀ ਪੂਰਾ ਕਰ ਦਿੰਦਾ ਪਹਿਲਾਂ ਮਸ਼ੀਨਾ ਇਹ ਨਹੀਂ ਕਰਦੀਆਂ ਸੀ ਸੋ ਜਿਹੜੀਆਂ ਬੁੱਧੀਮਾਨ ਮਸ਼ੀਨਾ ਇਹ ਟੈਕਨੋਲੋਜੀ ਨਹੀਂ ਡਿਜੀਟਲ ਟੈਕਨੋਲੋਜੀ ਆ ਜਿਹੜੇ ਆਪਣੇ ਲੈਪਟਾਪ ਆ ਮੋਬਾਈਲ ਨੇ ਨਾ ਇਹ ਸਿਰਫ 0.1% ਆਫ ਦੀ ਟੈਕਨੋਲੋਜੀ ਨੇ 0.1% ਦਾ ਇੱਡਾ ਚੇਂਜ ਕਰੀ ਹੋਈ ਆ ਤਾਂ ਜਿੱਦ ਦੇ 100% ਉੱਤੇ ਕਿੱਡੀ ਵੱਡੀ ਚੇਂਜ ਹੋਊਗੀ ਸੋ ਇਹ ਸਾਨੂੰ ਸਮਝਣਾ ਪਊਗਾ ਪਰ ਅਸੀਂ ਜਿੱਥੇ ਲੋੜ ਹੈ ਉੱਥੇ ਲਾਈ ਬਹੁਤ ਗੰਦੀ ਥਾਂ ਪਈ ਆ ਜਿੱਥੇ ਅੰਦਰ ਵੜ ਕੇ ਬੰਦਾ ਮਰ ਜਾਂਦਾ ਉਹਨੂੰ ਸਾਫ਼ ਕਰਨ ਤੇ ਲਾ ਦਿਓ ਜੀ ਯੂ ਟੈਕਨੋਲੋਜੀ ਰੋਬ ਲਾ ਦਿਓ ਉੱਥੇ ਆ ਕਰੋਨਾ ਸੀ ਕਰੋਨਾ ਤਾਂ ਸੀ ਰੋਬੋ ਵਰਤ ਨਹੀਂ ਸਕੇ ਉਹ گاਉਂ ਪਾ ਫਲਾਨਾ ਰੋਬੋ ਨਹੀਂ ਤਾਂ ਟ੍ਰੀਟਮੈਂਟ ਕਰੀ ਜੋ ਜੇ ਵੀ ਜਿੱਥੇ ਜਿੱਥੇ ਖਤਰਾ ਹੈ ਖਤਰਨਾਕ ਜਗ੍ਹਾ ਤੇ ਤੁਸੀਂ ਜੀ ਰੋਬੋ ਟੈਕਨੋਲੋਜੀ ਯੂਜ਼ ਕਰੋ ਜਿੱਥੇ ਜਿੱਥੇ ਲੁੱਟਾ ਠੱਗੀ ਚੋਰੀ ਉੱਥੇ ਡਿਜੀਟਲ ਟੈਕਨੋਲੋਜੀ ਯੂਜ਼ ਕਰੋ ਉਹ ਤਾਂ ਸਮਾਂ ਉੱਥੇ ਕਰਦੇ ਨਹੀਂ ਉਹ ਤਾਂ ਸਮਾਂ ਉੱਥੇ ਤਾਂ ਠੱਗੀ ਮਾਰਨ ਵਾਸਤੇ ਕਰਦੇ ਨੇ ਡਿਜੀਟਲ ਟੈਕਨੋਲੋਜੀ ਆਪਣੇ ਆਪ ਤਾਂ ਠੀਕ ਨਹੀਂ ਕਰ ਸਕਦੀ ਜਦ ਮੈਂ ਵੀ ਆਪ ਇਵੀਅਮ ਤੇ ਕਿਉਂ ਝਗੜਾ ਪੈਂਦਾ ਤੁਸੀਂ ਮੈਨੂੰ ਦੱਸੋ ਵੀ ਇਵੀਅਮ ਇਜ਼ ਨਾਥਿੰਗ ਵਟ ਡਿਜੀਟਲ ਟੈਕਨੋਲੋਜੀ ਇੱਥੇ ਝਗੜਾ ਕਿਉਂ ਪੈਂਦਾ ਵੀ ਤੁਸੀਂ ਇਵੇਂ ਖਰਾਬ ਕਰ ਲਈ ਵਰਤਨਾ ਦਾ ਅਫਟਰ ਬੰਦੇ ਨੇ ਨਾ ਨਾ ਉਹਦਾ ਪ੍ਰੋਗਰਾਮ ਨਹੀਂ ਬਣਾ ਹੋਇਆ ਨਾ ਜੇ ਉਹਦੇ ਤੇ ਝਗੜਾ ਕਿਉਂ ਮੰਦਾ ਨਹੀਂ ਤਾਂ ਪਰਕੀਆਂ ਦਾ ਜਲਦਾ ਬੜਾ ਛੇਤੀ ਆ ਜਾਂਦਾ ਪਰਕੀ ਦੱਬਣੀ ਵੀ ਸੌਖੀ ਪਰਕੀ ਦਾ ਨਾ ਕੰਮ ਘੱਟ ਪਰ ਜਦ ਹਿਊਮਨ ਮਾਈਂਡ ਉਹਦੇ ਚ ਆ ਗਿਆ ਉਹ ਠੱਗੀ ਵੱਡੀ ਮਾਰਨ ਲੱਗਿਆ ਸਮਾਂ ਅੱਗੇ ਤਾਂ ਬੂਥ ਹੀ ਕੈਪਚਰ ਹੁੰਦਾ ਸੀ ਹੁਣ ਮਸ਼ੀਨਾਂ ਹੀ ਸਾਰੀਆਂ ਕੈਚਰ ਹੋ ਜਾਂਦੀਆਂ ਨੇ ਫੇਰ ਜੇ ਕਹਿੰਦੇ ਨੇ ਕਿ ਜੀ ਸਾਨੂੰ ਇਹ ਮਸ਼ੀਨਾਂ ਦਿਖਾ ਦਿਓ ਕਹਿੰਦਾ ਉਹ ਇੱਕ ਰੱਖਤੀ ਉੱਥੇ ਚੈੱਕ ਕਰ ਲਓ ਮੈਂ ਤਾਂ ਕਹਿਣਾ ਡਿਜੀਟਲ ਟੈਕਨੋਲੋਜੀ ਇਮਾਨਦਾਰੀ ਇਨਸਾਨ ਨੇ ਵਰਤਣੀ ਹੈ ਜਦ ਇਨਸਾਨ ਬੇਈਮਾਨ ਹੋ ਗਿਆ ਤਾਂ ਡਿਜੀਟਲ ਟੈਕਨੋਲੋਜੀ ਕੀ ਕਰੂਗੀ ਉਹਦੇ ਚ ਇਹ ਸਭ ਹੂੰ ਬੋਲੋ ਮੈਂ ਇਹ ਸਵਾਲ ਦੂਜਾ ਵੀ ਕੀਤਾ ਸੀ ਕਿ ਜਿਹੜਾ ਪ੍ਰਵਾਸ ਨਰੂਪ ਲਈ ਇੱਥੇ ਰੁਕਾਵ ਕਿਵੇਂ ਪੈਦਾ ਮੈਂ ਉੱਥੇ ਆਲਿਆ ਉਸ ਅਧਿਕਾਰਤਾ ਜਿੰਮੇਦਾਰ ਉਹ ਮੰਗਦੋ ਨੇ ਮੈਂ ਉੱਥੇ ਉੱਥੇ ਆ ਰਿਹਾ ਇਹ ਹੋ ਗਿਆ ਹੁਣ ਹੁਣ ਅਸੀਂ ਸਾਡਾ ਮੁਲਕ ਸਾਨੂੰ ਉਹ ਪ੍ਰਵਾਸ ਵਾਲਾ ਨੋ ਬੈਟਲ ਬਣਾਉਣਾ ਪਏਗਾ ਜੇ ਬਰਾਬਰ ਵੀ ਹੋ ਜਾਏਗਾ ਤਾਂ ਵੀ ਰਹਿ ਜਾਊਗਾ ਪਰ ਜੇ ਥੱਲੇ ਵਾਲਾ ਹੋਊ ਫੇਰ ਨਹੀਂ ਰਹਿੰਦਾ ਉਹ ਨੌਜਾਨ ਠੀਕ ਹੈ ਉਹਦੇ ਵਾਸਤੇ ਸਾਨੂੰ ਕੀ ਕਰਨਾ ਪਊਗਾ ਸਾਡੀ ਪੜ੍ਹਾਈ ਨੂੰ ਠੀਕ ਕਰਨਾ ਪਊ ਪੜ੍ਹਾਈ ਤਾਂ ਬਹੁਤ ਮਾੜੀ ਹੈ ਉਹ ਟੈਸਟ ਲੈਂਦੇ ਨੇ ਉਹ ਐਨੇ ਜੀ ਉਹ ਲੈਨੇ ਨੇ ਪੁਆਇੰਟ ਐਨੇ ਉੱਥੇ ਜਾ ਕੇ ਟੈਸਟ ਲੈਂਦੇ ਨੇ ਐ ਨਹੀਂ ਵੀ ਉੱਥੇ ਕੰਮ ਨਾ ਕਰਨਾ ਪਵੇ ਉਹਰੇ ਸਾਡੇ ਬੇਦਲੜਤਾ ਕਰ ਦਿਆਂ ਸੀ ਉਹ ਵੇਡਰ ਬੰਦ ਕਰਨੇ ਪੈਣਗੇ ਦੂਜਾ ਸਾਨੂੰ ਇਹ ਕਰਨਾ ਪਊਗਾ ਕਿ ਅਸੀਂ ਇਨਾਂ ਕੋ ਉਹਨਾਂ ਨੂੰ ਉਹਧੀਏ ਰੋਜ਼ਗਾਰ ਜਿਹੜਾ ਉਹ ਟਿਪ ਟਾਪ ਹੋ ਕੇ ਆਪਣੇ ਐ ਨਿਆ ਵੀ ਗੰਦੇ ਜਿਹੇ ਕੱਪੜੇ ਪਾ ਕੇ ਕਰਨਾ ਪਵੇ ਉਹ ਕਰ ਸਕਣ ਕੋਈ ਸਮਾਨ ਵੇਚਣਾ ਸਮਾਨ ਵੇਚਣ ਵਾਸਤੇ ਤਪਰੀ ਤੇ ਬੈਠ ਕੇ ਵੇਚਣ ਦੀ ਬਜਾਏ ਅਸੀਂ ਵੱਡੇ ਕੋਲ ਸਕਦੇ ਹਾਂ ਅਸੀਂ ਵੱਡਾ ਬਾਜ਼ਾਰ ਬਣਾ ਸਕਦੇ ਹਾਂ ਵੀ ਤੁਸੀਂ ਆਪਦੇ ਆਪਦੇ ਸ਼ੋਰੂਮ ਬਣਾ ਲਓ ਭਾਈ ਇੱਥੇ ਸਸਤੇ ਦੇ ਸਕਦੇ ਹਾਂ ਕਿ ਕਿ ਆਏ ਸੋ ਫਾਈ ਕਰਨੀ ਆ ਰੂਟ ਬਣਾ ਲੈ ਸਕਦੇ ਉਹ ਆਪਦਾ ਉੱਥੇ ਨਹੀਂ ਤਾਂ ਸਟੋਰ ਖੋਲਦੇ ਨੇ ਨਾ ਜਾ ਕੇ ਤੁਸੀਂ ਜਿੰਨੇ ਇੱਥੋਂ ਗਏ ਹੋਏ ਨੇ ਉਹ ਬਹੁਤ ਥੋੜੇ ਨੇ ਬਲਕਿ ਜਿਨ੍ਹਾਂ ਨੇ ਉੱਥੇ ਬਹੁਤੇ ਟਰੱਕ ਚਲਾਉਂਦੇ ਨੇ ਬਹੁਤੇ ਲੋਕਾਂ ਦੀਆਂ ਕਾਰਾਂ ਚਲਾਉਂਦੇ ਨੇ ਡਰਾਈਵਰ ਲੱਗੇ ਹੋਏ ਨੇ ਜਾ ਕੇ ਦੇਖਿਓ ਉੱਥੇ ਮੈਂ ਦੇਖ ਕੇ ਆਇਆ ਮੈਨੂੰ ਤਾਂ ਪਹਿਲੀ ਵਾਰੀ ਮੈਂ ਗਿਆ ਸੀ ਪਹਿਲੀ ਵਾਰੀ ਮੈਨੂੰ ਲੱਗਿਆ ਵੀ ਇਹ ਕਹਦਾ ਉਸੇ ਤਰ੍ਹਾਂ ਹੀ ਉੱਥੇ ਲਿਖਿਆ ਹੋਇਆ ਦੋ ਖਰੀਦੋ ਤੇ ਤਿੰਨ ਲੈ ਲਓ ਆਪਣੇ ਵਗੂ ਟੂ ਹੈਂ ਉਸ ਟ੍ਰੇਨ ਹੋਟਲ ਤੇ ਜਾਓ ਤੁਸੀਂ ਉਹੀ ਹੋਟਲ ਚੱਲਦੇ ਨੇ ਉਹੀ ਇੱਥੇ ਦਾ ਸਾਮਾਨ ਦਿੱਖਦਾ ਹੁੰਦਾ ਆ ਹਲਦੀ ਰਾਮ ਦਾ ਉੱਥੇ ਸਾਰਾ ਪੂਜਾ ਪੱਜਾ ਦਿੱਖਦਾ ਪਰ ਉਹ ਸਟੋਰ ਇੱਕ ਆਰਗੇਨਾਈਜ਼ ਹੁੰਨੇ ਸੋ ਆਪਾਂ ਉਹਨਾਂ ਨੂੰ ਵਿਅਕਤੀਗਤ ਵੀ ਬਣਾ ਸਕਦੇ ਹਾਂ ਵੀ ਭਾਈ ਆਪਣੇ ਆਪਣੇ ਵੀ ਤੁਸੀਂ ਖੋਲ੍ਹ ਸਕਦੇ ਹੋ ਅਸੀਂ ਉਹਨਾਂ ਨੂੰ ਵੱਡੇ ਵੀ ਬਣਾ ਸਕਦੇ ਹਾਂ ਜਿੱਦੇ ਚ ਇੱਕ ਵੱਡਾ ਬੰਦਾ ਖੋਲ੍ਹ ਲੈਂਦਾ ਬਾਕੀ ਬੰਦੇ ਲਾ ਲੈਂਦਾ ਉਹਦੀ ਲਿਮਿਟੇਸ਼ਨ ਸਾਡੀ ਹੋਣੀ ਚਾਹੀਦੀ ਹੈ ਇੱਕ ਸਫਾਈ ਹੋਵੇ ਉੱਥੇ ਇੱਕ ਜਿਹੜਾ ਬੰਦਾ ਕੰਮ ਕਰੇ ਉਹਨੂੰ ਹਿਊਮਨ ਕੰਡੀਸ਼ਨਾਂ ਹੋਣ ਤੇ ਤੀਜਾ ਉਹਨੂੰ ਚੰਗੀ ਮਤਲਬ ਤਨਖਾਹ ਮਿਲੇ ਜਾਂ ਆਮਦਨ ਹੋਵੇ ਕਿ ਕਿਉਂਕਿ ਉਹ ਤੇ ਕੀ ਜਾਂ ਕੁਆਲਿਟੀ ਦੇ ਆ ਮੈਨ ਇਹ ਚਾਰੇ ਚੀਜ਼ਾਂ ਵਾਸਤੇ ਸਾਨੂੰ ਇਕੱਠਾ ਯਤਨ ਕਰਨਾ ਪਊ ਇਹ ਨਹੀਂ ਅਸੀਂ ਕਹਿ ਸਕਦੇ ਵੀ ਅਸੀਂ ਮਾਲ ਖੋਲਤੀ ਜੀ ਕਿਸੇ ਨੂੰ ਰੋਟੀ ਤਨਖਾਹ ਮਿਲੇ ਨਾ ਮਿਲੇ ਆ ਨਹੀਂ ਕਰ ਸਕਦੇ ਸੋ ਇਹ ਜੋ ਉਹਨਾਂ ਨੂੰ ਭੱਜਣ ਤੋਂ ਬਾਹਰ ਬਚਾਉਣ ਵਾਸਤੇ ਅੱਜ ਉਹ ਸਾਡਾ ਜਿਹੜਾ ਬੰਦਾ ਹੈ ਉਹ ਉਹ ਕੰਮ ਨਹੀਂ ਕਰਨ ਨੂੰ ਤਿਆਰ ਜਾਂ ਉਹ ਤਾਂ ਹੋ ਨਹੀਂ ਸਕਦਾ ਜੀਵਨ ਬਦਲ ਗਿਆ ਹੁਣ ਹੁਣ ਅਸੀਂ ਇਹ ਨਹੀਂ ਕਰ ਸਕਦੇ ਵੀ ਅਸੀਂ ਤਾਂ ਜੜ ਧੁੱਪੇ ਵੇਖੇ ਪੜ ਦਿੰਦੇ ਸੀ ਗਰਮੀ ਚ ਵੀ ਹੁਣ ਤੁਸੀਂ ਧੁੱਪੇ ਬੈਠ ਕੇ ਪੜੋ ਇਹ ਨਹੀਂ ਹੈ ਇਹ ਜਿਹੜਾ ਇਹ ਸੋਚਦਾ ਪਰ ਜਿਹੜਾ ਇਹ ਕਹਿੰਦਾ ਵਿੰਗੇ ਪਿੰਡ ਚ ਸਕੂਲ ਜੇ ਐਨੇ ਵੱਡਾ ਸਕੂਲ ਹੋਏਗਾ ਨਹੀਂ ਫਿਰ ਮੇਤੂ ਪੜਾਇਆ ਹੀ ਨਹੀਂ ਜਾਣਾ ਜਾਂ ਬੱਚੇ ਪੜ ਨਹੀਂ ਸਕਦੇ ਉਹ ਵੀ ਗਲਤ ਹੈ ਸਾਨੂੰ ਸਾਡੇ ਕਿਉਂਕਿ ਜਿਹੜਾ ਵਿਕਾਸ ਸਾਡੇ ਕੋਲ ਧਰਤੀ ਥੋੜੀ ਹੈ ਉਹਨਾਂ ਕੋਲ ਤਾਂ ਧਰਤੀ ਬਹੁਤ ਪਈ ਹੈ ਇਸ ਕਰਕੇ ਥੋੜੀ ਧਰਤੀ ਦੇ ਉੱਤੇ ਜ਼ਿਆਦਾ ਆਬਾਦੀ ਨੂੰ ਅਸੀਂ ਕਿਵੇਂ ਠੀਕ ਕਰਨਾ ਇਹ ਵੱਡੀ ਸਮੱਸਿਆ ਹੈ ਇਹ ਸਮੱਸਿਆ ਦਾ ਹੱਲ ਗੱਲਾਂ ਨਾਲ ਨਹੀਂ ਹੋਣਾ ਇਹ ਸਮੱਸਿਆ ਦਾ ਹੱਲ ਕੋਈ ਕਹੋ ਮਾਰਾਓ ਮਾਰਾਏ ਕਰਕੇ ਨਹੀਂ ਹੋਣਾ ਇਹ ਸਮੱਸਿਆ ਦਾ ਹੱਲ ਹੋਣਾ ਇਹਨੂੰ ਸਮੁੱਚੇ ਤੌਰ ਤੇ ਇਹ ਹੋ ਜਾਂਦਾ ਹੈ ਮੈਂ ਕਿਉਂਕਿ ਜਿੱਥੇ ਗਿਆ ਹਸਪਤਾਲਾਂ 'ਚ ਮੈਂ ਗਿਆ ਸਰਕਾਰੀ ਦਫ਼ਤਰਾਂ 'ਚ ਮੈਂ ਗਿਆ ਐਜ਼ ਅਫੀਸਰ ਯੂਨੀਵਰਸਿਟੀ 'ਚ ਮੈਂ ਕੰਮ ਕਰਿਆ ਅਸੀਂ ਜਿੱਥੇ ਜਾ ਕੇ ਦੇਖਿਆ ਅਸੀਂ ਕਰਕੇ ਦਿਖਾਇਆ ਬਿਨਾਂ ਪੈਸੇ ਘੱਟ ਖਰਚ ਕੇ ਵੀ ਗੱਲ ਕੀ ਹੁੰਦੀ ਹੈ ਤੁਸੀਂ ਇਮਾਨਦਾਰੀ ਨਾਲ ਪੂਰੀ ਪਲੈਨਿੰਗ ਕਰਨੀ ਹੈ ਤੈਨਾਂ ਜਿਹੜਾ ਬੰਦਾ ਪਹਿਲਾਂ ਯੋਜਨਾਬੰਦੀ ਨਹੀਂ ਕਰਦਾ ਉਹ ਕਦੇ ਸਫਲ ਨਹੀਂ ਹੁੰਦਾ ਜ਼ੋਰ ਲਾ ਦੇ ਬਿਲਕੁਲ ਸਫਲ ਉਹਦੋਂ ਹੋਊਗਾ ਜਦੋਂ ਨੇ ਦੇਖਣਾ ਜਿਹੜੀ ਮੈਂ ਪਹਿਲਾਂ ਤਿੰਨ ਗੱਲਾਂ ਕਹੀਆਂ ਮੇਰੇ ਕੋਲ ਮੈਨਪਾਵਰ ਕੀ ਹੈ ਮੇਰੇ ਕੋਲ ਫਾਈਨੈਂਸ਼ੀਅਲ ਰਿਸੋਰਸ ਕਿੰਨੇ ਮੇਰੇ ਕੋਲ ਮਟੀਰੀਅਲ ਰਿਸੋਰਸ ਕਿੰਨੇ ਸਾਧਨ ਸਮਾਨ ਕਿੰ ਪੈਸੇ ਕਿੰਨੇ ਨੇ ਬੰਦੇ ਕਿੰਨੇ ਨੇ ਫਿਰ ਮੈਂ ਕਿਹੋ ਜੀ ਸੇਵਾ ਦੇਣੀ ਹੈ ਕਿਹੜੀ ਸੇਵਾ ਦੀ ਲੋੜ ਹੈ ਮੇਰਾ ਜਿਹੜਾ ਕੰਮ ਕਰਨ ਵਾਲਾ ਹੈ ਚਾਹੇ ਮੈਨੂੰ ਉਹ ਕੱਚਾ ਮਾਲ ਦੇਣ ਵਾਲਾ ਹੈ ਚਾਹੇ ਉਹ ਪੱਕਾ ਮਾਲ ਤਿਆਰ ਕਰਨ ਵਾਲਾ ਹੈ ਚਾਹੇ ਉਹ ਮਾਲ ਵੇਚਣ ਵਾਲਾ ਹੈ ਚਾਹੇ ਉਹ ਮਾਲ ਖਰੀਦਣ ਵਾਲਾ ਹੈ ਕਸਟਮਰ ਹੈ ਕਾ ਕ ਹੈ ਉਹਨਾਂ ਸਾਰਿਆਂ ਦੀ ਲੋੜ ਕੀ ਹੈ ਉਹ ਕਿਹੋ ਜਿਹਾ ਮਾਲ ਚਾਹੁੰਦੇ ਨੇ ਮੇਰੇ ਤੋਂ ਐ ਨਹੀਂ ਵੀ ਮੈਂ ਠੱਕੇ ਨਾਲ ਉਹਨਾਂ ਨੂੰ ਜੇ ਮੈਂ ਉਹਨਾਂ ਨੂੰ ਮਾਲ ਬਦਲ ਕੇ ਦੇਣਾ ਚਾਹਣਾ ਤਾਂ ਮੈਨੂੰ ਅਬਦਾ ਇਹ ਜਿਹਾ ਮਾਲ ਬਣਾਉਣਾ ਪਊ ਜਿਹੜਾ ਉਹ ਅਟਰੈਕਟ ਹੋਣ ਵੀ ਹਾਂ ਜਿਆਦਾ ਵਧੀਆ ਜਾ ਮੇਰਾ ਪ੍ਰਚਾਰ ਇੰਨਾ ਹੋਵੇ ਉਹ ਕਹਿੰਦਾ ਹੋਣੀ ਆ ਹੁਣ ਜਿਹੜੇ ਲੋਗ ਬਾਬਾ ਰਾਮ ਦੀਆਂ ਦੀਆਂ ਭੱਟੀਆਂ ਸਰਕਾਰ ਨੇ ਝੂਠੀਆਂ ਵਿਕਾਤੀਆਂ ਸੀ ਪ੍ਰਚਾਰ ਨਾਲੀ ਸੋ ਜਾਂ ਤਾਂ ਮੈਂ ਉਹਨਾਂ ਨੂੰ ਅਵੇਅਰ ਕਰਾਂ ਉਸ ਗੱਲ ਦੇ ਉੱਤੇ ਜਾਂ ਉਹਦੇ ਵੱਲ ਡਾਇਰੈਕਟ ਕਰਾਂ ਤੇ ਜਾਂ ਤੀਜਾ ਤਰੀਕਾ ਠੱਗੀ ਮਾਰਾਂ ਅੱਜ ਠੱਗੀ ਨਾਲ ਹੋ ਰਿਹਾ ਸਾਰਾ ਕੁਝ ਉਹ ਬਦਲ ਨਹੀਂ ਆ ਜੀ ਡਾਕਟਰ ਸਾਹਿਬ ਮੇਰਾ ਆਖਰੀ ਸਵਾਲ ਇਹ ਆ ਕਿ ਕਹਿੰਦੇ ਕਿ ਸਿਆਸਤ ਦਾ ਨਹੀਂ ਚਾਹੁੰਦਾ ਕਿ ਲੋਕ ਜਿਹੜੇ ਨੇ ਉਹਦੇ ਬਰਾਬਰ ਆ ਕੇ ਬਹਿਣ ਇੱਥੇ ਕਰਕੇ ਉਹ ਗਰੀਬੀ ਵੀ ਚਾਹੁੰਦਾ ਉਹ ਤੁਹਾਨੂੰ ਭੁਗਮਰੀ ਚ ਵੀ ਰੱਖਣਾ ਚਾਹੁੰਦਾ ਉਹ ਚਾਹੁੰਦਾ ਕਿ ਤੁਸੀਂ ਪ੍ਰਵਾਸ ਵੀ ਕਰੋ ਤੁਹਾਨੂੰ ਹਰ ਉਹ ਸਹੂਲਤ ਦੇਗਾ ਜਿਹਦੇ ਨਾਲ ਤੁਸੀਂ ਉਹਦੇ ਥੱਲੇ ਲੱਗ ਕੇ ਰਹੋ ਪਰ ਜਦੋਂ ਅਸੀਂ ਮਤਲਬ ਕਿ ਇੱਕ ਤਬਦੀਲੀ ਦੀ ਆਸ ਰੱਖਦੇ ਆ ਤਾਂ ਇਹ ਸਿਰਫ ਕੇਂਦਰ ਦੇ ਵੱਲ ਹੀ ਧਿਆਨ ਦੇ ਕੇ ਕਿ ਕੇਂਦਰ ਸਾਨੂੰ ਦੇ ਤੇ ਤਾਂ ਅਸੀਂ ਅੱਗੇ ਸਟੇਟ ਨੂੰ ਵਧਾਈਏ ਤਾਂ ਸਾਡਾ ਪੰਜਾਬ ਜਿਹੜਾ ਤਰੱਕੀ ਕਰ ਸਕਦਾ ਜੋ ਕੁਝ ਆਪਣੇ ਤੌਰ ਦੇ ਉੱਤੇ ਸਟੇਟ ਸਰਕਾਰ ਕਰ ਸਕਦੀ ਹੈ ਉਹ ਕਿਉਂ ਨਹੀਂ ਕੀਤਾ ਜਾਂਦਾ ਕੇਰਲ ਦੇ ਕੀ ਐਗਜ਼ਾਮਪਲ ਆ ਤੇ ਦਿੱਤੀਆਂ ਜਾਂਦੀਆਂ ਨੇ ਪਰ ਆਪਣੇ ਸਟੂਬੇਕਸ ਕੁਝ ਵੀ ਨਹੀਂ ਹੁੰਦਾ। ਜਦੋਂ ਤੱਕ ਕੇਰਲ ਦੀਆਂ ਬੜੀਆਂ ਐਗਜ਼ਾਮਪਲ ਦਿੰਦੀਆਂ ਕੇਰਲ ਦਾ ਸਾਰਾ ਸੈਟਅਪ ਖੋਰਤਣਾ ਦਾ। ਉੱਥੇ ਦੀ ਇੱਕ ਖੋਰਤਣਾ ਦੀ ਮੂਵਮੈਂਟ ਹੈ ਉਹੀਆਂ ਕੋਈ ਫਾਇਦਾ ਨਹੀਂ ਉਹ ਐਗਜ਼ਾਮਪਲਾਂ ਤੋਂ ਸਿੱਖ ਸਕਦੇ ਸੀ ਪਰ ਉਹ ਕਹਿੰਦਾ ਕੇਰਲ ਦੇ ਸਭ ਤੋਂ ਜ਼ਿਆਦਾ ਕਰੋਨਾ ਹੋਇਆ ਪਹਿਲਾਂ ਸਭ ਤੋਂ ਵਧੀਆ ਕੰਟਰੋਲ ਕਰੇ ਸੀ ਉਹਨਾਂ ਨੇ ਮੁੜ ਕੇ ਉਦੋਂ ਜਦੋਂ ਹੀ ਪੱਟਾ ਬੈਠਿਆ। ਉਹਦਾ ਕੋਈ ਕਾਰਨ ਤਾਂ ਹੋਣਾ ਹੀ ਹੈ ਨਾ। ਉੱਥੇ ਜਿਹੜੀ ਪੰਚਾਇਤ ਹੈ ਉੱਥੇ ਸਾਡੇ ਮੰਗੁਨੀਓਥ ਆਹੀ ਜਿਵੇਂ ਮੈਂ ਕਲੈਸਟਰ ਦੱਸੇ ਨੇ ਇਦਾਂ ਦੀ ਪੰਚਾਇਤ ਹੈ। ਮੇ 10-15 ਮਿੰਟਾਂ ਦੀ ਪੰਚਾਇਤ ਹੈ ਉੱਥੇ ਉਹਨਾਂ ਨੇ ਇੱਕ ਪੂਰਾ ਪੰਚਾਇਤ ਕੋਲ ਜੀਪ ਹੈ ਦਫ਼ਤਰ ਹੈ ਪੂਰਾ ਵਧੀਆ ਵੀਡੀਓ ਦਾ ਦਫ਼ਤਰ ਜਿਵੇਂ ਆਪਣੇ ਚਾਹਤਾ ਇਦਾਂ ਦਫ਼ਤਰ ਚਾਹਦੇ ਨੇ ਉਸੇ ਪੰਚਾਇਤਾਂ ਦੇ ਪਰ ਉਹ ਵੱਡੀਆਂ ਪੰਚਾਇਤਾਂ ਨੇ ਫਰਕ ਹੈ ਇਹ ਇਹ ਸਾਨੂੰ ਸਮਝ ਨਾ ਆਏਗਾ ਇਹੀ ਮੈਂ ਐਗਜ਼ਾਮਪਲ ਲਈ ਦਿੱਤੀ ਇੱਕ ਪਾਸੇ 15000 ਵਾਲੀ ਇੱਕ ਪਾਸੇ 2000 ਦੀ ਪੰਚਾਇਤ ਉਹ ਵੀ ਇੱਕ ਪੰਚਾਇਤ ਹੋਦੀ ਸੋ ਇੱਕ ਤਾਂ ਇਹ ਫਰਕ ਹੈ ਸਾਨੂੰ ਉਹ ਨੂੰ ਫਿਰ ਐ ਤਾਂ ਹੈ ਨਹੀਂ ਬੀ ਅਸੀਂ ਹੁਣ ਕਹਾਂਗੇ 10000 ਦੇ ਪਿੰਡ ਬਣਾਓ ਇੱਕ ਗੱਲ ਸਮਝੋ ਤੁਸੀਂ ਲੋਕਾਂ ਨੂੰ ਘੱਟ ਤੋਂ ਘੱਟ ਡਿਸਟਰਬ ਕਰਕੇ ਸਰੋਤਾਂ ਨੂੰ ਘੱਟ ਤੋਂ ਘੱਟ ਖਰਾਬ ਕਰਕੇ ਵਧੀਆ ਜੀਵਨ ਦੇਣਾ ਹੁੰਦਾ ਐ ਸੋਚਣਾ ਐ ਨਹੀਂ ਸੋਚਣਾ ਕਿ ਮੇਰੇ ਮਨ 'ਚ ਕੋਈ ਗੱਲ ਆ ਗਿਆ ਹੁਣ ਮੈਂ ਐ ਕਰ ਦੂੰਗਾ ਇੱਕ ਤਾਂ ਇਹ ਦੂਜਾ ਜਿਹੜਾ ਤੁਸੀਂ ਕਹਿੰਦੇ ਹੋ ਸਿਆਸਦਾਨ ਤਾਂ ਚਾਹੁੰਦੇ ਹੀ ਨਹੀਂ ਕੋਈ ਕਹੂ ਕੋ ਰਾਜ ਨ ਦੇ ਹੈ ਜੋ ਦੇਸ਼ ਉਹ ਨਿਜਵਲ ਰਹੀ ਹੈ ਲੋਕਾਂ ਨੇ ਇੱਕ ਲੜਾਈ ਸ਼ੁਰੂ ਕਰੀ ਸੀ ਕਿਸੇ ਨੂੰ ਬੁਰਾ ਲੱਗੇ ਕਿਸੇ ਨੂੰ ਚੰਗਾ ਲੱਗੇ ਕਿਸਾਨੀ ਨੇ ਉਹ ਰਸਤਾ ਨਿਜਵਲ ਦਾ ਦਿਖਾਇਆ ਸੀ ਸੰਯੁਕਤ ਕਿਸਾਨ ਮੋਰਚੇ ਨੇ ਉਹ ਉਹ ਜਿਹੜੇ ਸਿਆਸਦਾਨਾਂ ਨੂੰ ਪਸੰਦ ਨਹੀਂ ਆਇਆ ਉਹਨਾਂ ਨੇ ਉਹਨਾਂ ਚੋਂ ਕੁਝ ਬੰਦੇ ਨੂੰ ਸਾਸਤ ਚੀਚ ਲਿਆ ਉਹ ਜਿੱਤ ਵੀ ਜਾਣ ਕੁਝ ਵੀ ਕਰ ਲੈਣ ਜੇ ਪੰਜਾਬ ਚ ਕੋਈ ਬਦਲਾਅ ਹੋ ਗਿਆ ਮੈਂ ਅੱਜ ਕਹਿਣਾ ਦੋ ਕਹਣਗੇ ਇਹ ਤਾਂ ਇਹਨਾਂ ਨੂੰ ਖਲਾਫ ਕਰਕੇ ਰਾਜੀ ਹੈ ਮੈਂ ਅੱਜ ਕਹਿਣਾ ਜਿਹੜੇ ਮਰਜ਼ੀ ਆ ਜਾਣ ਜਿੰਨਾਂ ਚਿਰ ਥੱਲੇ ਥੋੜੇ ਤਾਕਤ ਨਹੀਂ ਖੜੀ ਜਿੰਨਾਂ ਚਿਰ ਤੁਹਾਡੇ ਕੋਲ ਪੂਰੀ ਯੋਜਨਾ ਬੰਦੀ ਨਹੀਂ ਤੁਸੀਂ ਕਿ ਲੋ ਜੀ ਮੈਂ ਤਾਂ ਬਹੁਤ ਕੁਝ ਕਰਿਆ ਸੀ ਮੈਂ ਕੀ ਕਰਾਂ ਤੁਸੀਂ ਆਪ ਬੜੇ ਇਮਾਨਦਾਰ ਹੋ ਮੈਂ ਇਮਾਨਦਾਰ ਮੰਨਦਾ ਤੁਸੀਂ ਸਮਝ ਲੋ ਵੀ ਪਿਆਰ ਲਾਲ ਗੁਰਪਤਾ ਇਮਾਨਦਾਰ ਹੈ ਪਰ ਮੈਨੂੰ ਗੱਡੀ ਨਹੀਂ ਚਲਾਣੀ ਆਂਦੀ ਤੇ ਫਿਰ ਤੁਸੀਂ ਉਸ ਗੱਡੀ ਚ ਬੈਠੋਗੇ ਵੀ ਪਿਆਰ ਲਾਲ ਜਿਹੜਾ ਡਾਕਟਰ ਹੈ ਇਮਾਨਦਾਰ ਹੈ ਜਿਹੜਾ ਕੰਮ ਕਰਨਾ ਹੁੰਦਾ ਹੈ ਉਹਦੇ ਵਾਸਤੇ ਤੁਹਾਨੂੰ ਨਵਾਂ ਕਮਾਏ ਤਾਂ ਹੁੰਦਾ ਨਹੀਂ ਹਰੇ ਕੰਮ 'ਚ ਸਿੱਖ ਕੇ ਆਉਂਦਾ ਬੰਦਾ ਜਿਹੜਾ ਵੀ ਨਵਾਂ ਕੰਮ ਕਰਨਾ ਹੈ ਉਹਦੇ ਵਾਸਤੇ ਉਹਨੂੰ ਸੋਚਣਾ ਪੈਂਦਾ ਤੁਸੀਂ ਦੇਖੋ ਯਾਦ ਕਰੋ ਤੁਸੀਂ ਜਦ ਤੁਸੀਂ ਇਹ ਚੈਨਲ ਚਲਾਉਣਾ ਸੀ ਤੁਸੀਂ ਨਾਮ ਸੁਜੈਸ਼ਨਾਂ ਮੰਗੀਆਂ ਤੁਸੀਂ ਫਿਰ ਇੱਕ ਨਾਮ ਚੁਣਿਆ ਫਿਰ ਤੁਹਾਨੂੰ ਲੱਗਿਆ ਵੀ ਇਹ ਤਾਂ ਉਹ ਕਹਿੰਦੇ ਇਹ ਤਾਂ ਹੋਰ ਕਿਸੇ ਦਾ ਹੈ ਫਿਰ ਤੁਸੀਂ ਆਪਦਾ ਹੋਰ ਕੋਈ ਇਹ ਕੀ ਕਰਿਆ ਸੋਚਿਆ ਨਾ ਇਸੇ ਤਰ੍ਹਾਂ ਸਰਕਾਰ 'ਚ ਸੋਚਣਾ ਹੁੰਦਾ ਹੈ ਅੱਜ ਸਰਕਾਰ ਸਾਡੇ ਗੜਬੜ ਕਿੱਥੇ ਹੈ ਸਿਆਸਤਦਾਨ ਬਾਬੂ ਅਫਸਰ ਕਿੱਤਾ ਮਾਰ ਸਭ ਰਲ ਗਏ ਉਹ ਕਹਿੰਦੇ ਡੁੱਟ ਕਰਨੀ ਹੈ ਜਦ ਸਰਕਾਰ ਜਦ ਰਾਖਾ ਹੀ ਰਾਜਨ ਬਣ ਗਏ ਫਿਰ ਤੁਸੀਂ ਕਿਨੇ ਬਚਾਓਗੇ ਸਾਡੇ ਰਾਖੇ ਰਾਜਨ ਬਣੇ ਨੇ ਹੁਣ ਉਹਨਾਂ ਨੂੰ ਬਚਾਉਣ ਦਾ ਤਰੀਕਾ ਕੀ ਹੈ ਫਿਰ ਉਹ ਰਾਖੇ ਜਿਹੜੇ ਬਣ ਕੇ ਰਾਖੇ ਦੇ ਭੇਸ ਚ ਆਉਂਦੇ ਨੇ ਰਾਜਨ ਬਣ ਕੇ ਖੜਦੇ ਨੇ ਉਹਨਾਂ ਨੂੰ ਜਨਤਾ ਫਿਰ ਡੰਡਾ ਲੈ ਕੇ ਕੱਢਦੀ ਹੈ ਫਿਰ ਕਹਿੰਦੇ ਚੰਗਾ ਆ ਜੋ ਫਿਰ ਆਪਾਂ ਸੁਣਿਆ ਹੀ ਹੈ ਹੈ ਕਿ ਉਹਦੇ ਵਿੱਚ ਫਿਰ ਕਹਿੰਦੇ ਚੰਗਾ ਫਿਰ ਤੁਸੀਂ ਲਾਓ ਜੋਰ ਹੁਣ ਅਸੀਂ ਵੀ ਲਾਵਾਂਗੇ ਉਹ ਜੋਰ ਸ਼ੁਰੂ ਹੋਇਆ ਸੀ ਅੱਜ ਵੀ ਪੰਜਾਬ ਚ ਇੱਕ ਪਾਸੇ ਮੂਵਮੈਂਟ ਚਲਾਉਣ ਦੀ ਲੋੜ ਐ ਇਹ ਚੋਣਾ ਚਾਣਾ ਚ ਹੰਗ ਅਸੈਂਬਲੀ ਆ ਜੇ ਕਿਸੇ ਮਿਲਗੋਬੀ ਦੀ ਸਰਕਾਰ ਬਣ ਜੇ ਇੱਥੇ ਕਰੀਦੋ ਖਰੋਦਤ ਹੋਊਗੀ ਕੋਸ਼ਿਸ਼ ਹੋਏਗੀ ਪੂਰੀ ਤੇ ਉਹਦੇ ਵਿੱਚ ਇਹ ਈਡੀ ਦੇ ਛਾਪੇ ਹੋਰ ਉਸੇ ਜੀਹੋ ਸਾਦਾ ਕੋਈ ਤਰੀਕਾ ਇਹ ਵੀ ਪਹਿਲਾਂ ਫਸਾ ਕੇ ਰੱਖੋ ਪਿੱਛੋਂ ਕਹੋ ਵੀ ਨਹੀਂ ਤਾਂ ਫਿਰ ਸਾਡੇ ਨਾਲ ਆ ਜਾ ਨਹੀਂ ਤਾਂ ਤੈਨੂੰ ਅੰਦਰ ਕਰਾਂਗੇ ਇਹ ਆਪਾਂ ਹੁਣੀ ਇੱਕ ਆਪਦੇ ਐਨਰਜੀ ਦਾ ਸਟੇਟਮੈਂਟ ਵੀ ਆ ਗਈ ਵੀ ਨਹੀਂ ਮੈਂ ਤਾਂ 3 ਸਾਲ ਗੇਲ ਹੋਣੀ ਸੀ ਜੇ ਮੈਂ ਨਾ ਜਾਂਦਾ ਸੋ ਇਸ ਕਰਕੇ ਇੰਨਾ ਚੋਣਾ ਤੇ ਇੰਨਾ ਜੋਰ ਲਾਉਣ ਦੀ ਲੋੜ ਨਹੀਂ ਇੰਨਾ ਚੋਣਾ ਚ ਤਿੰਨ ਚਾਰ ਗੱਦਾਂ ਕਰਨ ਦੀ ਲੋੜ ਹੈ ਜਿਹੜਾ ਪੰਜਾਬ ਦਾ ਵਿਕਾਸ ਤੁਸੀਂ ਕਹਿੰਦੇ ਜਵਾਨ ਨੂੰ ਭੱਜਣਾ ਪਾਵੇ ਨਾ ਹੋਵੇ ਉਹਦੇ ਵਿੱਚ ਅਜੇ ਕੋਈ ਮੈਨੂੰ ਰਸਤਾ ਦਿਖਦਾ ਨਹੀਂ ਹੁਣੀ ਮੈਂ ਹੁਣੀ ਪੜ ਗਿਆ ਸੀ 28% ਡੀਏ ਦਿੱਤਾ ਮਲਾਜਮਾਂ ਨੂੰ ਹੁਣੀ ਸਰਕਾਰ ਨੇ ਉਹ 28% ਡੇਕ ਤਾਂ ਫਿਰ ਕਰਜ਼ੇ ਹੀ ਵਧੂਗਾ ਨਾ ਕਰਜ਼ਾ ਸਰਕਾਰ ਜੁम्मे ਵਜੂਦਾ ਵਿਆਜ ਜਿਆਦਾ ਦੇਣਾ ਉਹ ਜਦੋਂ ਉਹਦਾ ਵਿਆਜ ਦੇਣਗੇ ਫਿਰ ਜਿਹੜਾ ਥੱਲੇ ਵਾਲੇ ਨੂੰ ਮਾੜਾ ਮੋਟਾ ਮਿਲਦਾ ਸੀ ਉਹ ਵੀ ਬੰਦ ਹੋ ਜੂ ਜਿੱਥੇ ਕਿਤੇ ਮਾੜੀ ਮੋਟੀ ਪਾਣੀ ਦੀ ਝੂਟੀ ਲੱਗਦੀ ਸੀ ਉਹ ਵੀ ਬੰਦ ਹੋ ਜੂਗੀ ਇਹ ਦਿਖਾਵੇ ਆਏ ਨਹੀਂ ਹੈ ਪੈਸੇ ਕਾਦੇ ਜੇ ਮੈਂ ਤੁਹਾਡੇ ਕੋਲੇ ਆਉਣਾ ਤੁਸੀਂ ਮੈਨੂੰ ਰੋਟੀ ਖਲਾਤੀ ਮੈਂ ਕਹਾ ਮੁਫਤ ਦੀ ਰੋਟੀ ਮਿਲਗੀ ਮੁਫਤ ਦੀ ਨਹੀਂ ਮਿਲੀ ਤੁਸੀਂ ਖਰਚਾ ਕਰਿਆ ਉਹਦੇ ਤੇ ਵਸਪਰਕ ਤਾਂ ਇਨਾ ਹੈ ਸੋ ਇਸ ਕਰਕੇ ਸਾਨੂੰ ਇਹ ਅੱਜ ਜਿਹੜੀ ਮੈਂ ਮੈਂ ਇਹਨੂੰ ਮੈਨੂੰ ਕੋਈ ਕਹਿ ਸਕਦਾ ਨਿਰਾਸ਼ਾਵਾਦੀ ਨਾ ਕਿ ਨਾ ਕਰਨ ਦੀ ਮਤੇ ਇੱਛਾ ਹੀ ਨਹੀਂ ਜਿੰਨਾ ਚਿਰ ਪਹਿਲੀ ਗੱਲ ਇੱਛਾ ਸ਼ਕਤੀ ਹੈ ਸਾਡੇ ਸਿਆਸਦਾਨਾਂ ਦੀ ਇੱਛਾ ਸ਼ਕਤੀ ਨਹੀਂ ਹੈ ਜੇ ਕੋਈ ਕਰਨਾ ਚਾਹੁੰਦਾ ਹੈ ਉਹਦੇ ਆਲੇ-ਦਾਲੇ 100 ਬੰਦਾ ਉਹ ਹੈ ਜਿਹੜਾ ਉਹਨੂੰ ਰੋਕਣ ਵਾਲਾ ਹੈ ਇੱਕ ਟੋਰੀ ਜਿਹੜਾ ਉਦਾਹਰਣ ਦੇ ਕੇ ਆਪਣੀ ਗੱਲ ਖਤਮ ਕਰਨ ਲੱਗਿਆ ਵੀ ਕਿਉਂ ਉਹਨੂੰ ਕਰਨਾ ਪੈਂਦਾ ਹੈ ਪਰ ਫਿਰ ਵੀ ਡਿਟਰਮੀਨੇਸ਼ਨ ਰੱਖਣਾ ਪੈਂਦਾ ਹੈ ਮੈਂ ਜਿਸ ਪੜ ਗਿਆ ਯੂਨੀਵਰਸਿਟੀ ਦਾ ਸਾਡਾ ਪੇਪਰ ਹਰ ਸਾਲ ਲੀਕ ਹੁੰਦਾ ਸੀ ਸਾਰਾ ਬੋਰਡ ਆਫ ਮੈਨੇਜਮੈਂਟ ਕਹੇ ਵੀ ਤਾਂ ਲੀਕ ਬੰਦੀ ਨਹੀਂ ਹੋ ਸਕਦੀ ਉਹ ਤਾਂ ਆਇਆ ਜੀ ਤਾਂ ਆਉਣੀ ਜੀ ਫਰਾਨਾ ਨਹੀਂ ਜੀ ਸੈਕਟਰੀ ਰਲਿਆ ਹੋਇਆ ਬੋਰਡ ਆਫ ਮੈਨੇਜਮੈਂਟ ਰਲਿਆ ਹੋਇਆ ਮੈਂ ਕਹਿਣਾ ਮੀਡੀਆ 'ਚ ਫਾਈਨੈਂਸ ਕਮੇਟੀ ਰਲਈ ਹੋਈ ਮਨਿਸਟਰ ਰਲਿਆ ਹੋਇਆ ਇਹ ਹੀ ਕੁਝ ਕਰਨਾ ਹੈ ਕਿ ਅਸੀਂ ਅਖਾ ਠੀਕ ਆ ਕਰ ਲਓ ਤੁਸੀਂ ਜਿਹੜਾ ਕਰਨਾ ਹੈ ਜਿਵੇਂ ਵੀ ਇਹ ਉਦੋਂ ਅਗਲੇ ਸਾਲ ਦੀ ਗੱਲ ਹੈ ਮਤਲਬ ਦੂਜੀ ਸਰਕਾਰ ਆ ਗਈ ਸੀ ਪਹਿਲੀ ਸਰਕਾਰ ਦੇ ਤੇ ਪੇਪਰ ਲੀਕ ਹੋਇਆ ਮੈਨੂੰ ਕਿਸੇ ਨੇ ਪੁੱਛਿਆ ਵੀ ਤੁਹਾਡਾ ਅਸੀਂ ਦੂਜੀ ਯੂਨੀਵਰਸਿਟੀ ਤੋਂ ਕਰਾਇਆ ਸੀ ਤੇ ਅਸੀਂ ਪੈਰਲ ਦੇਤਾ ਅਸੀਂ ਪਹਿਲਾਂ ਹੀ ਚਾਰ ਰੱਖਿਆ ਸਾਨੂੰ ਸ਼ੰਕਾ ਪੈਣ ਲੱਗੀ ਫੋਨ ਆਉਣ ਲੱਗੇ ਵੀ ਇਹ ਤਾਂ ਪੇਪਰ ਲੀਕ ਹੋਊਗਾ ਅਸੀਂ ਆਖਿਆ ਵੀ ਚਲ ਪੈਰਲ ਬਣਾ ਕੇ ਰੱਖੋ ਦੇਖੀਓ ਜਿਹੜੀ ਕੋ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਇਹ ਆਪ ਬਣਾ ਰਹੇ ਨੇ ਅਸੀਂ ਉਹ ਪੈਰਲ ਪੇਪਰ ਦਿੱਤਾ ਮੈਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਵਰਗੇ ਮੀਡੀਆ ਵਾਲੇ ਯੰਗ ਬੰਦਿਆਂ ਨੇ ਪੁੱਛਿਆ ਵੀ ਤੁਹਾਡਾ ਹਾਲ ਕੀ ਸੀ ਇਹ ਮੈਂ ਤਾਂ ਦੱਸ ਦਾਂ ਜਿਹੜੇ ਇਮਾਨਦਾਰ ਸਿਆਸਦਾਨ ਨੇ ਉਹਨਾਂ ਤੇ ਠੁਕਦੀ ਆ ਗੱਲ ਮੈਂ ਕਿਹਾ ਸਾਡਾ ਹਾਲ ਇਹ ਸੀ ਵੀ ਇੱਕ ਨੌਜਵਾਨ ਲੜਕੀ ਨੂੰ 100 ਗੁੰਡਿਆਂ ਨੇ ਘੇਰਿਆ ਹੋਇਆ ਉਹ ਕਹਿੰਦੇ ਨੇ ਵੀ ਤੇਰਾ ਸੱਤ ਭੰਗ ਕਰਾਂਗੇ ਉਹ ਕਹਿੰਦੀ ਤੁਸੀਂ ਜੋਰ ਲਾ ਲਓ ਗੁੰਡਿਓ ਮੇਰਾ ਸੱਤ ਤੇ ਸਦਕੇ ਨਾਲ ਤਕੜਾ ਹੈ ਮੈਨੂੰ ਤੁਸੀਂ ਭੰਗ ਨਹੀਂ ਕਰ ਸਕਦੇ ਬਿਲਕੁਲ ਤੋ ਬਚ ਕੇ ਨਿਕਲੀ ਸਾਡਾ ਤਾਂ ਉਹ ਹਾਲ ਸੀ ਅੱਜ ਵੀ ਐਂ ਕਰਿਆ ਹੋਇਆ ਇਹ ਹੁਣ ਅੱਜ ਵੀ ਚਾਲ ਦੰਡ ਜਿਹੜਾ ਚੰਗਾ ਸਿਆਸਦਾਨ ਹੈ ਉਹ ਐਂ ਕਰਿਆ ਹੋਇਆ ਹੈ ਉਹਨੋਂ ਪਰ ਪਲੈਨਿੰਗ ਯੋਜਨਾ ਬੰਦ ਕਰਨੀ ਪਊਗੀ ਉਹ ਆਏ ਨਹੀਂ ਵੀ ਫਲਾਣਾ ਆਇਆ ਉਹਦਾ ਕਨਮਿਟਰ ਸੁਣ ਕੇ ਅਸੀਂ ਇੱਕ ਮੈਨੂੰ ਕਹਿਣਾ ਨਹੀਂ ਚਾਹੀਦਾ ਆ ਸਾਇਕ ਪ੍ਰਸ਼ਾਸਨ ਵਿੱਚ ਭਰਤੀਆਂ 'ਚ ਕੀ ਹੋਇਆ ਮਨਿਸਟਰ ਦਾ ਤਾਂ ਜਰਾ ਵੀ ਕਸੂਰ ਨਹੀਂ ਉਹਦੇ 'ਚ ਪਰ ਉਹ ਤਾਂ ਸਾਰੇ ਕਸੂਰ ਕਰਾਤੇ ਬਿਲਕੁਲ ਬਿਲਕੁਲ ਆ ਹੁਣ ਵੀ ਦੇਖਦਾ ਟਿਕਟਾਂ 'ਚ ਰੌਲਾ ਕੀ ਪਿਆ ਰਿਹਾ ਸੰਯੁਕਤ ਮੋਰਚੇ 'ਚ ਸੰਯੁਕਤ ਸਮਾਜ ਮੋਰਚੇ 'ਚ ਟਿਕਟਾਂ ਦਾ ਰੌਲਾ ਕਿਉਂ ਪੈ ਰਿਹਾ ਇੱਕ ਤੁਸੀਂ ਕਮੇਟੀ ਬਣਾਤੀ ਸੀ ਸਕਰਟੀਨਾਈਜੇਸ਼ਨ ਕਰ ਰਹੀ ਹੈ ਠੀਕ ਹੈ ਉਹ ਸਮਾਜ ਮੋਰਚੇ ਨੇ ਫੈਸਲੇ ਕਰਨੇ ਤੁਸੀਂ ਸਾਫਤ ਕਰੋ ਵੀ ਅਸੀਂ ਠੀਕ ਕਰੇ ਕੋ ਨਹੀਂ ਜੀ ਅਰ ਜਿੰਨੀਆਂ ਨੇ ਜੀ ਇਹ ਫਿਰ ਨਾ ਲਾਓ ਜ਼ਿੰਮੇਵਾਰੀ ਅਰਗੀਆਂ ਤੁਤੋਂ ਨਹੀਂ ਜ਼ਿਆਦਾ ਦੇਖੀਆਂ ਜਾ ਸਕਦੀਆਂ ਤੁਸੀਂ ਠੀਕ ਸਹੀ ਨਹੀਂ ਕਰ ਸਕਦੇ ਤੁਸੀਂ ਲੋਕਾਂ ਨੂੰ ਨਹੀਂ ਜਾਣਦੇ ਤੇ ਫਿਰ ਤੁਸੀਂ ਨਾ ਬੈਠੋ ਵਿੱਚ ਵੀ ਭਾਈ ਮੈਨੂੰ ਤਾਂ ਆਉਂਦਾ ਨਹੀਂ ਮੈਨੂੰ ਜਿੰਨੀ ਮਦਦ ਮੰਗਣੀ ਹੁੰਦੀ ਰਹੇ ਲੋ ਤੁਸੀਂ ਚੌਧਰੀ ਜਦ ਬੰਦਿਓ ਇਹ ਤਾਂ ਦੇਖੋ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ ਜੇ ਤੁਹਾਨੂੰ ਚੌਧਰੀ ਜੇ ਤੁਸੀਂ ਲੈ ਲਿਆ ਮੰਨ ਲਓ ਤੁਹਾਨੂੰ ਨਹੀਂ ਪਤਾ ਪਹਿਨਾ ਫਿਰ ਤੁਹਾਨੂੰ ਲੱਗਿਆ ਵੱਡਾ ਜਾ ਚੱਕਿਆ ਦੋ ਵੀ ਹੁਣ ਤਾਂ ਮੈਨੂੰ ਹੁੰਦਾ ਨਹੀਂ ਇੱਕ ਦਿਨ ਚੀਜ਼ ਦੱਸੋ ਨਹੀਂ ਫਿਰ ਉਹਨਾਂ ਡਟ ਕੇ ਕਰੋ ਫਿਰ ਦੇਖ ਲਿਓ ਜਿਹੜਾ ਬੰਦਾ ਸਿਰ ਤੇ ਕੱਫਣ ਬੰਨ ਕੇ ਕੰਮ ਨਹੀਂ ਕਰਦਾ ਗੱਲਾਂ ਮਾਰਨੀ ਬੜੀਆਂ ਸੌਖੀਆਂ ਨੇ ਤੁਸੀਂ ਜਿਹੜੀ ਜ਼ਿੰਮੇਵਾਰੀ ਡੈਡੀ ਉਹਨੂੰ ਸਿਰ ਤੱਕ ਦੀ ਬਾਜ਼ੀ ਲਾ ਕੇ ਨਿਭਾਉਣਾ ਹੁੰਦਾ ਇਹ ਤਾਂ ਬੜੀ ਸੌਖਾ ਕਿ ਉਹ ਐ ਹੋ ਗਿਆ ਜੀ ਫਲਾਣਾ ਹੋ ਗਿਆ ਜੀ ਮੈਂ ਰੋਜ਼ ਦਫ਼ਤਰ ਨੂੰ ਇਹੀ ਦੇਖਦਾ ਕਹਾਣੀਆਂ ਪਾਉਂਦੇ ਨੇ ਹੁਣ ਸ਼ਰਸਦਾਨ ਵੀ ਕਹਾਣੀਆਂ ਪਾਉਣ ਲੱਗੇ ਕਹਾਣੀਆਂ ਪਾਉਣ ਨਾਲ ਮਸਲਾ ਨਹੀਂ ਹੱਲ ਹੁੰਦਾ ਸੁਖਿੰਦਰ ਜੀ ਮਸਲਾ ਹੱਲ ਹੁੰਦਾ ਜਿਹੜੀ ਜ਼ਿੰਮੇਵਾਰੀ ਲਈ ਆ ਉਹ ਕਰਕੇ ਦਿਖਾਓ ਮੈਂ ਇਹੋ ਜਿਹੇ ਬੰਦੇ ਦੇਖੇ ਨੇ ਬੜੇ ਇਮਾਨਦਾਰ ਨੇ ਸਿਆਣੇ ਨੇ ਕੋਈ ਪੈਸਾ ਨਹੀਂ ਲੈਣਾ ਉਹਨਾਂ ਨੇ ਜੋ ਕਹਿਰ ਕਾਫਰੀ ਉਹ ਕਰਦੇ ਨੇ ਕਈ ਵਾਰੀ ਉਹ ਗੜ ਅਦੋ ਦਾਲਣਾ ਤੁਨ ਦੇਤੀਆਂ ਨੇ ਕੋਈ ਚੀਜ਼ੀ ਆਜੂ ਫੇਰ ਸਾਹਮਣੇ ਆਜੂਗੀ ਇੰਨਾ ਸੌਖਾ ਨਹੀਂ ਹੁੰਦਾ ਗੱਲ ਕਰਨੀ ਉਰੇ ਬੈਠ ਕੇ ਮੈਂ ਇੱਥੇ ਬੈਠ ਕੇ ਜੋ ਮਰਜੀ ਕਹੀ ਜਾਵਾਂ ਕਰਨਾ ਮੈਨੂੰ ਕੀ ਕਿਸੇ ਨੇ ਟੋਕਣਾ ਹੈ ਗੱਲਾਂ ਵੀ ਸੋਹਣੀਆਂ ਲੱਗਣੀਆਂ ਵੀ ਯਾਰ ਇਮਾਨਦਾਰੀ ਦੀ ਵਧੀਆ ਗੱਲ ਕਰਦਾ ਫੁਲਾਣੇ ਨੂੰ ਵੀ ਕਹਿ ਦਿੰਦਾ ਫੁਲਾਨ ਹਰੇਕ ਨੂੰ ਕਹੀ ਉਹ ਵੀ ਮਾਰਾ ਉਹ ਵੀ ਮਾਰਾ ਉਹ ਵੀ ਮਾਰਾ ਤੁਸੀਂ ਕੀ ਕਰਦੇ ਹੋ ਇਹ ਸਵਾਲ ਖੜਾ ਰਹੇਗਾ ਸੋ ਜਿਸ ਕਰਕੇ ਮੈਂ ਤਾਂ ਇੱਕੋ ਗੱਲ ਜਾਣਦਾ ਮੈਨੂੰ ਗੁਰੂ ਨੇ ਇਹੀ ਸਿਖਾਇਆ ਹੈ ਸੱਚੋਂ ਓਰੇ ਸਭ ਕੋ ਉੱਪਰ ਸੱਚਾ ਆਚਾਰ ਜਿੰਨਾ ਚਿਰ ਅਸੀਂ ਉੱਪਰ ਸੱਚਾ ਆਚਾਰ ਜਿਹੜਾ ਉਹ ਦੋ ਹੀ ਤਰੀਕੇ ਨਾਲ ਆਉਂਦਾ ਜਾਂ ਸਮਾਜ ਦਾ ਦਬਾਅ ਹੋਏਗਾ ਜਾਂ ਤੁਹਾਡੀ ਆਤਮਾ ਨੂੰ ਕੋਈ ਨੇੜੀ ਪੈ ਗਈ ਨਹੀਂ ਇਹ ਉੱਪਰ ਸੱਚਾ ਆਚਾਰ ਨਹੀਂ ਰਹਿੰਦਾ ਆਚਾਰ ਠੱਢੀ ਰਹਿੰਦਾ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਜਗ ਗਿਆਨੀ ਬਿਰਦਾਚਾਰੀ ਜਗ ਪੰਡਿਤ ਬਿਰਦਾ ਵਿਚਾਰੀ ਬਿਲਕੁਲ ਜੀ ਸ਼ੁਕਰੀਆ ਡਾਕਟਰ ਜਨ ਮਤੋੜਾ ਸੋ ਮੇਰੇ ਨਾਲ ਮੌਜੂਦ ਸਨਗੇ ਵਿਦਵਾਨ ਡਾਕਟਰ ਪਿਆਰ لال ਗਰਗ ਪੰਜਾਬ ਦੀ ਖੁਸ਼ਹਾਲੀ ਦਾ ਰਾਹ ਕਿੱਧਰੋਂ ਜਾਂਦਾ ਹੈ ਉਸ ਉੱਤੇ ਅਸੀਂ ਚਰਚਾ ਕੀਤੀ ਆ ਕਿਸ ਤਰ੍ਹਾਂ ਬਦਲਾ ਆ ਸਕਦਾ ਹੈ ਪਹਿਲਾਂ ਵੀ ਕੀਤੀ ਸੀ ਚਰਚਾ ਦੂਜੀ ਵਾਰ ਫਿਰ ਤੁਹਾਡੇ ਰੂਬਰੂ ਹੋਏ ਮੈਨੂੰ ਇਜਾਜ਼ਤ ਦਿਓ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਮੈਨੂੰ ਧੰਨਵਾਦ